ਚਲੋ ਉਹ ਜੈਂਟ ਕਿੱਥੇ ਮਿਲਿਆ ਆਪਣਾ ਵਲੌਗ ਵੇਂਦੇ ਆ ਉਹ ਜਰੂਰ ਜਾ ਕਾਲ ਜੀ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਵਲੌਗ 'ਚ ਅਤੇ ਅੱਜ ਦੇ ਦਿਨ 'ਚ ਤੁਹਾਡਾ ਸਵਾਗਤ ਆ ਹੈ ਨਾ ਅਤੇ ਬੜੇ ਵੀਰਾਂ ਦੇ ਮੈਸੇਜ ਆਉਣ ਡੇ ਕਈ ਬੰਦੇ ਇਸ ਚੀਜ਼ ਤੋਂ ਖੁਸ਼ ਵੀ ਆ ਕਿ ਮੈਨੂੰ ਬੜੇ ਟਿੱਚਰ ਜੀ ਕਰਕੇ ਮੈਸੇਜ ਕੀਤੇ ਕਿ ਬਾਈ ਤੇਰੀ 365 ਦਿਨ ਵਾਲੀ ਰੂਟੀਨ ਟੁੱਟ ਗਈ ਜੇ ਉਹ ਹੈ ਨਾ ਚਲੋ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਇਹ ਗੱਲ ਜਿਹੜੇ ਆਪਣੇ ਨਾਲ ਜੁੜੇ ਜਿਹੜੇ ਆਪਣਾ ਰੋਜ਼ ਵੇਖਣਾ ਪਸੰਦ ਕਰਦੇ ਆ ਕਿ ਜਾਣ ਮੇਰੀ ਆਪਾਂ ਤਾਂ ਆਪਣੇ ਨਾਲ ਕੋਸ਼ਿਸ਼ ਕਰ ਸਕਦੇ ਕਿਸੇ ਵੀ ਕੰਮ ਨੂੰ ਲੈ ਕੇ ਹੈ ਨਾ ਕਿ ਕੋਸ਼ਿਸ਼ ਕੀਤੀ ਸੀ ਪਰ ਚੱਕਰ ਇਹ ਕਿ ਬੰਦੇ ਦੀ ਸਿਹਤ ਤੋਂ ਜ਼ਰੂਰੀ ਮੇਰੇ ਹਿਸਾਬ ਨਾਲ ਕੁਛ ਨਹੀਂ ਹੈ ਇਹਦੇ ਵਿੱਚ ਥੋੜ੍ਹੀ ਤਬੀਅਤ ਵਿਗੜ ਗਈ ਵਿਗੜ ਵੀ ਕਾਹਦੀ ਗਈ ਮਤਲਬ ਕਿ ਜਦੋਂ ਆਪਾਂ ਹੁਣ ਜਿਮ ਜੁੰਮ ਲਾਉਂਦੇ ਹਾਂ ਵੱਧ ਘੱਟ ਜਦੋਂ ਖਾ ਲੈਣਾ ਤਾਂ ਫਿਰ ਕੰਮ ਖਰਾਬ ਹੀ ਹੋਣਾ ਹੈ ਨਾ ਮੈਂ ਸਗੋਂ ਤੁਹਾਨੂੰ ਕਹਿੰਦਾ ਰਹਿੰਦਾ ਅਤੇ ਮੈਨੂੰ ਆਪਣਾ ਹੀ ਸਿਸਟਮ ਥੋੜ੍ਹਾ ਜਿਹਾ ਹਿੱਲ ਗਿਆ ਹਿੱਲ ਕਰਦਾ ਗਿਆ ਕਿ ਜਿੱਦਾਂ ਪਿੱਛੇ ਜੀ ਨਾ ਮੇਰਾ ਖੂਨ ਘੱਟ ਗਿਆ ਸੀ 10 ਗ੍ਰਾਮ ਰਹਿ ਗਿਆ ਸੀ ਹੈ ਨਾ ਆਪਾਂ ਜਦੋਂ ਧਿਆਨ ਨਹੀਂ ਦਿੰਦੇ ਗਲਤ ਮਤੇ ਖਾਂਦੇ ਪੀਂਦੇ ਰਹਿੰਦੇ ਉਦੋਂ ਮੈਂ ਜਿਮ ਜੁੰਮ ਵੀ 4 ਕੁ ਮਹੀਨੇ ਜਿਮ ਹੀ ਬੰਦ ਕਰ ਗਿਆ ਵਿੱਚੋਂ ਅਤੇ ਉਦੋਂ ਖੂਨ ਮੈਂ ਟੈਸਟ ਕਰਾਈ ਦਾ ਸਰਸਰੀ ਸਹਿਸਬ ਆ ਗਿਆ ਅਤੇ ਮੈਂ ਚੱਲ ਟੈਸਟ ਕਰਾ ਲੈਂਦੇ ਹੈ ਨਾ ਅਤੇ 10 ਗ੍ਰਾਮ ਖੂਨ ਰਹਿ ਗਿਆ ਉਸ ਤੋਂ ਬਾਅਦ ਫਿਰ ਡਾਈਟ ਡੂਟ ਵਧੀਆ ਕੀਤੀ ਹੈ ਨਾ ਜਿਮ ਜੁੰਮ ਸ਼ੁਰੂ ਕੀਤਾ ਅਤੇ ਮੈਂ ਨਾ ਥੋੜ੍ਹੇ ਦਿਨ ਪਹਿਲਾਂ ਮਤਲਬ ਕਿ ਨਾ ਸਿਰ 'ਚ ਪੀੜ ਜਿਹੀ ਹੋਈ ਮੇਰੇ ਮੈਂ ਯਾਰ ਸਿਰ 'ਚ ਪੀੜ ਕਾਹਦੇ ਨਾਲ ਆਈ ਜਾਂਦੀ ਨਾ ਕੁਛ ਗਲਤ ਖਾਧਾ ਨਾ ਗੱਲ ਨਾ ਬਾਤ ਰਾਤ 10-11 ਸਿਰ ਦਰਦ ਸ਼ੁਰੂ ਹੋਇਆ 2-3 ਘੰਟੇ ਬੜਾ ਤੰਗ ਰਿਹਾ ਮੈਂ ਹਾਂ ਭੈਣ ਦੀ ਯਾਰ ਕਾਹਦੇ ਨਾਲ ਹੋਈ ਜਾਂਦੀ ਕੀ ਖਾਧਾ ਅੱਜ ਗਲਤ ਖਾਧਾ ਬੰਦਾ ਸੋਚਦਾ ਯਾਰ ਯਾਰ ਇਹੋ ਜਿਹੀ ਕਿਹੜੀ ਚੀਜ਼ ਖਾ ਲਈ ਹੈ ਨਾ ਅਤੇ ਉਹ ਮੈਂ 1-2 ਦਿਨ ਛੱਡ ਕੇ ਨਾ ਮੈਂ ਵੈਸੇ ਫਿਰ ਗਿਆ ਹੈ ਨਾ ਅਤੇ ਮੈਂ ਟੈਸਟ ਕਰਾਏ ਅਤੇ ਖੂਨ ਆਇਆ 18 ਗ੍ਰਾਮ ਹੈ ਨਾ 18 ਗ੍ਰਾਮ ਖੂਨ ਆਇਆ ਅਤੇ ਹੋਰ 1-2 ਚੀਜ਼ਾਂ ਵਿੱਚੋਂ ਜਿੱਦਾਂ ਮਤਲਬ ਆਪਣਾ ਪ੍ਰੋਟੀਨ ਪ੍ਰਾਟੀਨ ਪੀਂਦੇ ਰਹਿੰਦੇ ਹਾਂ ਚਿਕਨ ਖਾ ਲੈਂਦੇ ਹੈ ਨਾ ਚੱਲ ਮੈਂ ਹੁਣ ਖਾਂਦਾ ਨਹੀਂ ਪਨੀਰ ਖਾਂਦਾ ਰਹਿੰਦਾ ਜ਼ਿਆਦਾ ਕਿ ਜਦੋਂ ਮਤਲਬ ਕਿ ਬਹਿਣਾ ਵਾ ਕਿ ਆਪਾਂ ਲੋੜ ਤੋਂ ਬਾਅਦ ਜਦੋਂ ਕੋਈ ਵੀ ਚੀਜ਼ ਖਾਂਦੇ ਨਾ ਜਾਂ ਕਰਦੇ ਹਾਂ ਤਾਂ ਨੁਕਸਾਨ ਵੀ ਹੁੰਦਾ ਹੈ ਨਾ ਉਹ ਚੀਜ਼ ਨਾ ਉਹ ਆਪਣੇ ਬੋਡੀ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਵਾਹਵਾ ਵੱਧ ਗਈ ਹੈ ਨਾ ਅਤੇ ਖੂਨ 18 ਗ੍ਰਾਮ ਆਇਆ ਉਸ ਚੀਜ਼ ਦੇ ਨਾਲ ਸਿਰ ਦਰਦ ਹੁੰਦਾ ਸੀ ਹੈ ਨਾ ਆਪਾਂ ਕੀਰਾ ਘਾਲੋਂ ਕਰ ਦਿੰਦੇ ਕਿ ਯਾਰ ਛੱਡ ਪਰਾਂ ਕੋਈ ਨਹੀਂ ਮਾੜਾ ਮੋਟਾ ਸਿਰ ਪੀੜੀ ਹੁੰਦਾ ਵਾ ਜਾਂ ਆਪਣੇ ਕਈ ਵਾਰ ਦਰਦ ਹੁੰਦੀ ਆ ਵੱਖੀ ਦੇ ਵਿੱਚ ਜਾਂ ਲੀਵਰ ਵਾਲੀ ਸਾਈਡ 'ਤੇ ਤਾਂ ਆਪਾਂ ਆਖ ਦਿੰਦੇ ਕੋਈ ਨਹੀਂ ਉੱਦਾਂ ਹੁੰਦੀ ਹੋਣੀ ਪਰ ਇਸ ਚੀਜ਼ ਦੀ ਮੇਰੇ ਭਰਾ ਘਾਲੋਂ ਨਾ ਕਰਿਆ ਕਰੋ ਅਤੇ ਟੈਸਟ ਹੁੰਦੇ 200-400 ਦੇ ਕਰਾ ਲਿਆ ਕਰੋ ਅਤੇ ਉਹਦਾ ਕਰਕੇ 2-4 ਦਿਨ ਫਿਰ ਆਪਾਂ ਉੱਧਰ ਬਿਜੀ ਰਹੇ ਸੋ ਮੇਰੀ ਜਾਨ ਅੱਜ ਦਾ ਵਲੋਗ ਕਰਤਾ ਸ਼ੁਰੂ ਵੀ ਨਹੀਂ ਪੜਾਏ ਵਲੋਗ ਕਿੱਧਰ ਦਾ ਕਿੱਧਰ ਨੂੰ ਜਾਂਦਾ ਮੰਨੇ ਹੋਣੀ ਹਜੇ ਉੱਠਣ ਨਾਲ ਹੀ ਲੈਣ ਦੇ ਟਾਈਮ ਕਿੰਨਾ ਹੈਗਾ ਟਾਈਮ ਮੇਰੀ ਜੈਨ ਹੋ ਗਿਆ ਜੀ ਰੱਬ ਤੇਰਾ ਭਲਾ ਕਰੇ 10:40 ਹੋ ਗਏ ਜੀ ਉੱਠਿਆ ਤਾਂ ਮੈਂ 8 ਵਜੇ ਦਾ ਭਰਦਾ ਰਜਾਈ ਛੱਡਣ ਨੂੰ ਜੀ ਨਹੀਂ ਕਰਦਾ ਗੱਲ ਹੋਰ ਕੋਈ ਨਹੀਂ ਠੰਡ ਬਹੁਤ ਜ਼ਿਆਦਾ ਹੋ ਗਈ ਆ ਉਹ ਭਾਈ ਹਾਂ ਉੱਠ ਇਹ ਵਿਹਲੇ ਹੀ ਵਿਹਲਾ ਇਹਨਾਂ ਨੂੰ ਇਹ ਇੰਨਾ ਵੀ ਕੰਮ ਨਹੀਂ ਕਰ ਸਕਦੇ ਕਿ ਉੱਠ ਕੇ ਨਹਾ ਧੋ ਲਈਏ ਟਾਈਮ ਸਿਰ ਹੈ ਇਹ ਹੋਇਆ ਸਰਪੰਚ ਹੋਇਆ ਪਿੰਡ ਹੈ ਜੱਜੀ ਹੋਣੀ ਹੋਏ ਜੱਜੀ ਦੇ ਪਰ ਉੱਠ ਪੈਂਦਾ ਟਾਈਮ ਸਿਰ ਹਰਮਨ ਹੋਇਆ ਹਰਮਨ ਵੀ ਜੇ ਗਰਾਲੀ ਫਸਾ ਲਈ ਇਹਨੇ ਕਿ ਉੱਠਣਾ ਫਿਰ ਉੱਠ ਪੈਂਦਾ ਅਤੇ ਪਰ ਕੀ ਕਰੀਏ ਦੇਣੀ ਇਹੋ ਚੱਲਣ ਡਿਆ ਕੋਈ ਨਹੀਂ ਮਹੀਨਾ ਰਜਾਈਆਂ ਨਾਪ ਲਓ ਕੁਛ ਨਹੀਂ ਫਰਕ ਪੈਂਦਾ ਲੈ ਵੀ ਚਿੱਟਾ ਦਿਨ ਚੜਿਆ ਪਿਆ ਬਾਹਰ ਮੈਂ ਸਵੇਰੇ ਸਵੇਰ ਉੱਠਿਆ ਉਹ ਧੁੰਦ ਜੀ ਪਈ ਮੈਂ ਫਿਰ ਅੰਦਰ ਗੁੱਸੀ ਵੱਟ ਗਿਆ ਮੈਂ ਕੋਈ ਨਹੀਂ ਮਸਾਂ ਲਈ ਚੱਲ ਜਾਵਾਂਗੇ ਹੈ ਨਾ ਹੁਣ ਗੱਡੀ ਵੀ ਆਪਣੀ ਆਪਣੇ ਕੋਲ ਨਹੀਂ ਹੈਗੀ ਗੱਡੀ ਵੀ ਮੈਂ ਕਿਸੇ ਵੀਰ ਨੂੰ ਕਿਹਾ ਮੈਂ ਭਾਈ ਲੈ ਕੇ ਜਾਓ ਹਮਕੋ ਜਹਾਂ ਸੇ ਜਿੱਦਾਂ ਸਵੇਰੇ ਸਵੇਰੇ ਧੁੰਦ ਪੈ ਜਾਂਦੀ ਮੈਂ ਸਵੇਰੇ ਉੱਠ ਕੇ ਨਹਾ ਧੋ ਕੇ ਘਰੇ ਗੁਰੂ ਮਹਾਰਾਜ ਦਾ ਪਾਠ ਕਰ ਲਈਦਾ ਗੁਰਦੁਆਰਾ ਸਾਹਿਬ ਦੇ ਬੈਰੇ ਚੱਲ ਜਾਈਦਾ ਹੈ ਨਾ ਮੌਸਮ ਧੁੰਦ ਪਈ ਧੁੰਦ ਪੈਣ ਦੇ ਕਰਕੇ ਨਾ ਯਾਰ ਘਰੋਂ ਬਾਹਰ ਨਿਕਲ ਨੂੰ ਜੀਅ ਨਹੀਂ ਕਰਦਾ ਕਿ ਐਵੇਂ ਨਾ ਨੁਕਸਾਨ ਕਰਾਵਾਂਗੇ ਨੁਕਸਾਨ ਦਾ ਕਾਰਨ ਇਹ ਕਿ ਕਈ ਵੀਰ ਭਰਾ ਹੁਣ ਛੇਤੀ ਹੁੰਦੀ ਆ ਧੁੰਦ 'ਚ ਵੀ ਗੱਡੀਆਂ ਖਿੱਚੀ ਜਾਣਗੇ ਮੋਟਰਸਾਈਕਲ ਖਿੱਚੀ ਜਾਣਗੇ ਬਾਅਦ ਵੱਜ ਕੇ ਕੰਮ ਖਰਾਬ ਹੁੰਦਾ ਹੈ ਨਾ ਤਾਂ ਕਰਕੇ ਆਪਾਂ ਜਦੋਂ ਧੁੱਪ ਜੀ ਨਿਕਲਦੀ ਫਿਰ ਹੀ ਘਰੋਂ ਨਿਕਲਣ ਦੀ ਕੋਸ਼ਿਸ਼ ਕਰੀਦੀ ਆ ਹੈ ਨਾ ਅੱਗੇ ਹੁੰਦਾ ਸੀ ਕਿ ਉੱਠ ਕੇ ਨਹਾ ਕੇ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਾਈਦਾ ਸੀ ਅਤੇ ਹੁਣ ਗੁਰਦੁਆਰਾ ਸਾਹਿਬ ਮੈਂ ਦੁਪਹਿਰੇ ਚਲ ਜਾਂਦਾ ਹੈ ਨਾ ਕਿ ਸਵੇਰੇ ਸਵੇਰ ਹੁਣ ਮੈਂ ਹੁਣ ਉੱਠਿਆ ਮੈਂ ਵਲੋਗ ਐਡਿਟ ਕਰਨ ਡਿਆ ਪਿਆ ਹੈ ਨਾ ਵਲੋਗ ਐਡਿਟ ਕਰਕੇ ਇੱਕ ਪਿਆ ਮੇਰੇ ਕੋਲ ਮਨਿੰਦਰ ਦੇ ਬਰਥਡੇ ਵਾਲਾ ਅਤੇ ਉਸ ਤੋਂ ਬਾਅਦ ਫਿਰ ਮੈਂ ਚਲ ਅੱਜ ਵਲੋਗ ਬਣਾਉਂਦੇ ਹਾਂ ਕਿਉਂਕਿ ਮੈਸੇਜ ਬਹੁਤ ਜ਼ਿਆਦਾ ਆਉਂਦੇ ਆ ਇਹ ਚੀਜ਼ ਦਾ ਸਸਤੇ ਹੋ ਜਾਂਦਾ ਕਿ ਬੜੇ ਵੀਰ ਭਰਾ ਜਿਹੜੇ ਆਪਾਂ ਨੂੰ ਵੇਖਣਾ ਪਸੰਦ ਕਰਦੇ ਉਹਨਾਂ ਦਾ ਫਿਰ ਚੇਤ ਨਹੀਂ ਲੱਗਦਾ ਅਤੇ ਮੈਂ ਵੀ ਗੱਲ ਪਰਸੋਂ ਕੱਲ੍ਹ ਜਦੋਂ ਮੈਂ ਵਿਹਲਾ ਬੈਠਾ ਹੈ ਨਾ ਜਦੋਂ ਟੈਸਟ ਟੁਸਟ ਕਰਾ ਗਏ ਆ ਅਤੇ ਮੇਰੇ ਕੋਲ ਵੀ ਸਭ ਤੋਂ ਵਧੀਆ ਚੀਜ਼ ਪਤਾ ਕਿਹੜੀ ਹੁੰਦੀ ਹੈ ਸਭ ਤੋਂ ਵਧੀਆ ਚੀਜ਼ ਮੇਰੇ ਕੋਲ ਤੁਹਾਡੇ ਕਮੈਂਟ ਹੈ ਨਾ ਉਸ ਚੀਜ਼ ਦੇ ਨਾਲ ਜੇ ਤੁਸੀਂ ਕਹਿੰਦੇ ਤੁਹਾਨੂੰ ਵਲੋਗ ਵੇਖ ਕੇ ਤੁਸੀਂ ਪੋਜ਼ਿਟਿਵ ਰਹਿੰਦੇ ਜੇ ਤੁਹਾਨੂੰ ਚੀਜ਼ਾਂ ਮੇਰੀਆਂ ਗੱਲਾਂ ਜੇ ਤੁਹਾਨੂੰ ਵਧੀਆ ਲੱਗਦੀਆਂ ਮੈਨੂੰ ਨਹੀਂ ਪਤਾ ਤੁਹਾਨੂੰ ਕਿਉਂ ਵਧੀਆ ਲੱਗਦੀਆਂ ਮੈਂ ਤਾਂ ਨੋਰਮਲ ਜੋ ਕੁਛ ਜ਼ਿੰਦਗੀ 'ਚ ਕਰਦਾ ਤੁਹਾਡੇ ਸਾਹਮਣੇ ਉਹ ਚੀਜ਼ਾਂ ਪੇਸ਼ ਕਰ ਦਿੰਦਾ ਅਤੇ ਮੈਨੂੰ ਸਭ ਤੋਂ ਵਧੀਆ ਚੀਜ਼ ਮੈਂ ਸਵੇਰੇ ਉੱਠਾਂ ਵੀ ਕਈ ਵਾਰ ਉੱਠਦਾ ਆਪਣੇ ਸਾਰਿਆਂ ਦੀ ਆਦਤ ਤੁਹਾਡੀ ਵੀ ਹੋਣੀ ਕਿ ਤੁਸੀਂ ਉੱਠ ਕੇ ਸਭ ਤੋਂ ਪਹਿਲਾਂ ਫੋਨ ਫੜਦੇ ਆਪਾਂ ਅਤੇ ਫੋਨ ਫੜ ਕੇ ਮੈਂ ਸਭ ਤੋਂ ਪਹਿਲਾਂ ਸਨੈਪਚੈਟ ਦੇ ਉੱਤੇ ਮੈਸੇਜ ਚੈੱਕ ਕਰਨੇ ਹੁੰਦੇ ਹੈ ਨਾ ਕਿਹਦਾ ਕਿਹਦਾ ਆਇਆ ਆਪਣੇ ਸੱਜਣਾ ਮਿੱਤਰਾਂ ਦਾ ਫਿਰ ਉਹਦੇ ਵਿੱਚੋਂ ਜਿਹੜੇ ਮੈਸੇਜ ਸਟੋਰੀ ਥੱਲੇ ਆਏ ਹੁੰਦੇ ਆ ਉਹ ਚੈੱਕ ਕਰਨੇ ਹੁੰਦੇ ਆ ਉਹ ਤੋਂ ਬਾਅਦ ਫਿਰ ਮੈਂ ਸਭ ਉਹ ਤੋਂ ਬਾਅਦ ਮਤਲਬ ਕਿ ਜਿਹੜੀ ਚੀਜ਼ ਮੈਂ ਕਰਦਾ ਕਿ ਮੈਂ ਵਲੋਗ ਦੇ ਜਿਹੜੇ ਕਮੈਂਟ ਪੜ੍ਹਦਾ ਨਾ ਲਾਈਕ ਕਰਦਾ ਉਸ ਚੀਜ਼ ਦੇ ਨਾਲ ਮੈਨੂੰ ਬੜੀ ਪੋਜ਼ਿਟਿਵਿਟੀ ਮਿਲਦੀ ਹੈ ਜੇ 1000 ਕਮੈਂਟ ਪਿੱਛੇ 1-2 ਮਾੜੇ ਹੋ ਜਾਣਗੇ ਉਹਨਾਂ ਦਾ ਫਰਕ ਨਹੀਂ ਪੈਂਦਾ ਪਰ ਜਿਹੜੇ 990 ਕਮੈਂਟ ਜਾਂ 998
ਮਤਲਬ ਕਿ ਗਾਂਹ ਜੀ ਕਰਦਾ ਕਿ ਯਾਰ ਹੋਰ ਵਧੀਆ ਚੀਜ਼ ਲੈ ਕੇ ਆਈਏ, ਹੋਰ ਵਧੀਆ ਚੀਜ਼ ਲੈ ਕੇ ਆਈਏ, ਹੈ ਨਾ। ਅਤੇ ਸੋ ਘੈਂਟ ਘੈਂਟ ਕਮੈਂਟ ਕਰਦੇ ਰਿਹਾ ਕਰੋ, ਅਤੇ ਸਨੈਪਚੈਟ ਦੇ ਜਿਹੜੇ ਬੰਦੇ ਨੇ ਹਜੇ ਤੱਕ ਨਹੀਂ ਫੋਲੋ ਕੀਤਾ ਉਹ ਕਰ ਲਓ, ਕਿਉਂਕਿ ਜੇ 2-4 ਦਿਨ ਵਲੋਗ ਵਿੱਚ ਨਹੀਂ ਨਾ ਆਏ ਤਾਂ ਸਨੈਪਚੈਟ 'ਤੇ ਆਪਾਂ ਕੁਛ ਨਾ ਕੁਛ ਚੀਜ਼ਾਂ ਪਾਉਂਦੇ ਹੀ ਰਹੇ ਸੀ, ਹੈ ਨਾ। ਉਹ ਚੀਜ਼ ਇੱਦਾਂ ਦੀ ਹੈ ਕਿ ਉਹ ਚੀਜ਼ ਨਹੀਂ ਬੰਦ ਕਰਨ ਜੀ ਕਰਦਾ, ਉੱਥੇ ਕੁਛ ਨਾ ਕੁਛ ਜੀ ਕਰਦਾ ਕਿ ਸਟੋਰੀ ਜਿੱਦਾਂ ਬੈਠੇ ਹਾਂ, ਕਿੱਥੇ ਖਲੋਤੇ ਹਾਂ, ਉਹ ਚੀਜ਼ਾਂ ਨਾਲ ਦੀ ਨਾਲ ਪਾਉਂਦੇ ਰਹੀਦਾ। ਸੋ ਮੇਰੀ ਯਾਰ ਉੱਧਰ ਵੀ ਆ ਜਾਓ ਮਾੜਾ ਜਿਹਾ, ਅਤੇ ਬਾਕੀ ਨਹਾ ਧੋ ਕੇ ਮੈਂ ਮਿਲਦਾ ਤੁਹਾਨੂੰ। ਵੀ ਮਿੱਤਰਾ ਗੁਰੂ ਮਹਾਰਾਜ ਦਾ ਪਾਠ ਤਾਂ ਆਪਾਂ ਕਰ ਲਿਆ, ਅਤੇ ਉਹ ਤੋਂ ਬਾਅਦ ਨਾ ਮੈਂ ਨਾ ਬਹਿ ਗਿਆ ਇੱਥੇ ਇੱਦਾਂ ਹੀ, ਅਤੇ ਮੈਂ ਕਮੈਂਟ ਪੜ੍ਹਨ ਡਿਆ ਪਿਆ, ਅਤੇ ਉਹ ਕੱਲ੍ਹ ਪਰਸੋਂ ਆਪਾਂ ਇੱਕ ਬਲੋਗ 'ਚ ਗੱਲਾਂ ਨਹੀਂ ਕੀਤੀਆਂ ਸੀ ਕਿ ਅੱਜ ਕੱਲ੍ਹ ਬੜਾ ਗੰਦ ਪੈਣ ਡਿਆ, ਅਤੇ ਉਹਦੇ ਵਿੱਚ ਇੱਕ ਵੀਰੇ ਨੇ ਕਮੈਂਟ ਕੀਤਾ, ਕਹਿੰਦਾ ਕਿ ਬਈ ਕਿ ਆਪਾਂ ਨੂੰ ਕਿਸੇ ਨੂੰ ਸਮਝਾਉਣ ਦਾ ਫਾਇਦਾ ਕੋਈ ਨਹੀਂ ਜਿਹੜੇ ਗੰਦ ਪਾਉਣ ਡੇ। ਜਾਣ ਮੇਰੀ ਜਿਹੜੇ ਗੰਦ ਪਾਉਣ ਡੇ ਉਹਨਾਂ ਨੂੰ ਤਾਂ ਆਪਾਂ ਕੁਛ ਕਹਿਣਾ ਹੀ ਨਹੀਂ, ਹੈ ਨਾ। ਇਹ ਉਹਨਾਂ ਵਾਸਤੇ ਮੈਂ ਗੱਲਾਂ ਕਰਦਾ ਵਾਂ ਜਿਹੜੇ ਭਰਾ ਮੈਨੂੰ ਵੇਹਦੇ ਮੇਰੇ ਤੋਂ ਛੋਟੇ ਆ, ਹੈ ਨਾ। ਕਿਤੇ ਨਾ ਕਿਤੇ ਆਪਾਂ ਕਿਸੇ ਵੇਲੇ ਵੇਖ ਕੇ ਕੋਈ ਨਾ ਕੋਈ ਚੀਜ਼ ਸਿੱਖਦੇ ਹੀ ਹੈ ਨਾ, ਕਿ ਉਹ ਆਪਣੀ ਮਰਜ਼ੀ ਦੀ ਆਪਾਂ ਕਰਨਾ ਨਹੀਂ ਕਰਨਾ, ਪਰ ਫਿਰ ਵੀ ਕਿਤੇ ਨਾ ਕਿਤੇ ਬੰਦਾ ਉਸ ਚੀਜ਼ ਵੱਲ ਖਿੱਚਿਆ ਜਾਂਦਾ ਜਦੋਂ ਸਾਹਮਣੇ ਚੀਜ਼ਾਂ ਉਹੋ ਜਿਹੀਆਂ ਹੋ ਹੀ ਜਾਣੀਆਂ। ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਖੇਡ ਹੀ ਸਾਰੀ ਆਪਣੇ ਵਿਊਆਂ ਦੀ ਹੈ ਕਿ ਕਿਸ ਤਰ੍ਹਾਂ ਵਿਊ ਹੋਣੇ ਚਾਹੀਦੇ, ਫਿਰ ਬੰਦਾ ਆਟੋਮੈਟਿਕਲੀ ਉਸ ਪਾਸੇ ਖਿੱਚਿਆ ਜਾਂਦਾ, ਯਾਰ ਉਹ ਬੰਦਾ ਇੱਦਾਂ ਵਿਊ ਲੈਣ ਡਿਆ, ਮੈਂ ਵੀ ਇੱਦਾਂ ਕਰਾਂ। ਜਿਹੜੇ ਛੋਟੇ ਬੱਚੇ ਇਸ ਪਾਸੇ ਛੇਤੀ ਲੱਗਦੇ ਆ, ਉਹ ਮੈਂ ਵਲੋਗ ਦੇ ਵਿੱਚੋਂ ਗੱਲਾਂ ਕਰਨ ਦਾ ਮਤਲਬ ਇਹ ਕਿ ਜਿਹੜੇ ਮੇਰੇ ਤੋਂ ਛੋਟੇ ਮੇਰੇ ਭਰਾ ਜਾਂ ਭੈਣਾਂ ਵਲੋਗ ਵੇਖਦੀਆਂ ਵਾ, ਉਹ ਇਹੋ ਜਿਹਾ ਕੰਮ ਕਦੀ ਨਾ ਕਰੇ ਕਿ ਜਿਹਦੇ ਕਰਕੇ ਤੁਹਾਡੇ ਮਾਂ ਪਿਓ ਨੂੰ, ਤੁਹਾਡੇ ਭਰਾਵਾਂ ਨੂੰ, ਕੁੜੀਆਂ ਦੇ ਜਿਹੜੇ ਭਰਾ ਹੁੰਦੇ ਨਾ, ਜਿੱਦਾਂ ਕੁੜੀਆਂ ਦੀ ਵੀਡੀਓ ਵਾਡੀਓ ਜਿੱਦਾਂ ਰੀਲਾਂ 'ਤੇ ਅੱਜ ਕੱਲ੍ਹ ਪੈਂਦੀਆਂ ਵਾ, ਹੈ ਨਾ, ਉਹ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਚਾਰ ਬੰਦੇ ਖਲੋਤੇ ਅਤੇ ਕਿਸੇ ਕੁੜੀ ਦੀ ਵੀਡੀਓ ਸਾਹਮਣੇ ਆ ਗਈ, ਉਹਨੇ ਉੱਦਾਂ ਕਰਕੇ ਬਣਾਈ ਹੋਵੇ, ਹੈ ਨਾ। ਕਈ ਵਾਰ ਕੀ ਕਰਦੇ ਕੁੜੀਆਂ ਘਰੋਂ ਬਾਹਰ ਰਹਿੰਦੀਆਂ, ਹੋਸਟਲਾਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਵੀਡੀਓ ਬਣਾ ਕੇ ਪਾ ਦੇ, ਉਹ ਉੱਥੇ ਬੜਾ ਸਿਰ ਝੁੱਕ ਜਾਂਦਾ ਮੁੰਡਿਆਂ ਦਾ, ਹੈ ਨਾ। ਉਸ ਚੀਜ਼ ਦੇ ਵਿੱਚ ਸ਼ਰਮ ਆਉਂਦੀ, ਭਾਵੇਂ ਅੱਜ ਕੱਲ੍ਹ ਜਿੰਨੀ ਮਰਜ਼ੀ ਲੋਕ ਐਡਵਾਂਸ ਹੋ ਗਏ, ਹੈ ਨਾ, ਜੋ ਮਰਜ਼ੀ ਕਹੀ ਜਾਣ ਕੇ ਅਸੀਂ ਇੱਦਾਂ ਵਾ ਉੱਦਾਂ ਵਾ, ਪਰ ਕਿਤੇ ਨਾ ਕਿਤੇ ਉਹ ਚੀਜ਼ਾਂ ਆਪਣੇ ਵਾਸਤੇ ਗਲਤ ਆ, ਹੈ ਨਾ। ਸੋ ਜਿਹੜੇ ਮੇਰੇ ਤੋਂ ਛੋਟੇ ਆ ਅਤੇ ਉਹ ਇਸ ਚੀਜ਼ ਦਾ ਧਿਆਨ ਰੱਖਿਓ ਕਿ ਆਪਾਂ ਇਹ ਕੰਮਾਂ 'ਚ ਨਹੀਂ ਪੈਣਾ ਕਿ ਜਿਹਦੇ ਕਰਕੇ ਆਪਣੇ ਮਾਂ ਪਿਓ ਨੂੰ, ਹੈ ਨਾ, ਜਾਂ ਆਪਣੇ ਭੈਣਾਂ ਭਰਾਵਾਂ ਨੂੰ ਕਿ ਗੱਲਾਂ ਸੁਣਨੀਆਂ ਪੈਣ। ਠੀਕ ਹੈ ਵੀ, ਆ ਗਏ ਆਪਣਾ ਨੂੰ ਲੈਣ, ਆਪਾਂ ਨੂੰ ਆਪਣੇ ਕੋਲ ਗੱਡੀ ਕੋਲ ਹੈ ਨਹੀਂ, ਅਤੇ ਮੈਂ ਲਾ ਲਓ ਸਾਰ ਕੇ ਬੰਦੇ ਨੂੰ ਕਦੋਂ ਬਿਠਾਇਆ, ਬੰਦੇ ਨੂੰ ਇਹ ਬੰਦਾ ਅਜੇ ਤੱਕ ਨਹਾਤਾ ਨਹੀਂ, ਟਾਈਮ ਕਿੰਨਾ ਆ ਗਿਆ, 12 ਵੱਜ ਗਏ, 10 ਵਜੇ ਨੂੰ ਬਾਜ ਮਾਰੀ ਤਾਂ ਅਜੇ ਵੀ ਰਜਾਈ ਨੱਪ ਕੇ ਬੈਠਾ। ਉੱਧਰ ਵੇਖ ਲਾ, ਇੱਧਰ ਵੀ ਕੰਮ ਹੈ ਬੰਦੇ ਸਾਡੇ ਦੇ। ਆ ਗਿਆ ਵੇ ਭਾਈ, ਬੈਲ ਪੁੱਟਣੀ ਲਈ ਆ, ਹੈਂ, ਦੱਸਦਾ ਨਹੀਂ ਆ, ਆਓ ਸਾਰੇ, ਸਬਰ ਕਰ ਲਿਆ ਕਰੋ ਭਾਈ, ਸਬਰ ਕਰ ਲਿਆ ਕਰੋ, ਐ ਓਏ ਵੀਰ ਕਿੱਦਾਂ, ਵਧੀਆ ਮੇਰੀ ਜਾਨ, ਤੂੰ ਇੰਨਾ ਟਾਈਮ ਲਾਦਾ, ਇਹ ਬੰਦੇ ਲੇਟ ਕੀਤਾ ਅੱਜ ਮੈਨੂੰ, ਆਹ ਵਾਲੇ ਬੰਦੇ ਨੇ, ਆਹ ਵਾਲੇ ਬੰਦੇ ਨੇ ਲੇਟ ਕੀਤਾ ਮੈਨੂੰ ਅੱਜ, ਮੈਂ ਕਹਾਂ ਪੂਰਾ ਚੱਲ ਜਾਣਾ ਕਿਤੇ, ਕਿੰਨੇ ਕੰਮ ਕਰ ਲੈ ਮੈਂ, ਹੈਂ, ਤਿਆਰੀ ਸ਼ਾਮਾਂ ਦੀ ਯਾਰ, ਅੱਜ ਨਾ ਕਿਤੇ ਗੁੱਲਾ ਕੱਢ ਜੀ, ਪੱਕਾ ਹੀ ਸ਼ਾਮਾਂ ਦਾ, ਅੱਜ ਡਨ ਹੋ ਗਿਆ, ਬਸ ਭਾਈ ਕੱਪੜੇ ਦੇ ਨਿਕਲੀਏ, ਲੈ ਬਈ ਸ਼ਾਮੀ ਹੀ ਜਾਣਾ ਕਿਸੇ ਪਾਸੇ, ਫਿਰ ਤੁਹਾਨੂੰ ਖੜਾ ਹੈ, ਲੁਕਦਾ ਜਾਣਾ ਕਿੱਥੇ ਲੁਕ ਜਾਏਗਾ, ਦੱਸਦਾ ਨਹੀਂ ਆ, ਅੱਜ ਇਹ ਬੰਦੇ ਨੇ ਬਿਨਾਂ ਹੱਥ ਮੈਂ ਲੈ ਗਿਆ ਅੱਜ, ਇਹਨੂੰ ਮੈਂ 10 ਵਜੇ ਉਠਾਇਆ, 10 ਵਜੇ ਦਾ, ਅਤੇ ਇਹ ਇੰਨੀ ਤਾਂ ਐਡੀ ਪਿਆਰੀ ਕੁੜੀ ਹੈ ਵੀ, ਧੀ ਨੂੰ ਲੱਕੜ ਨਹੀਂ ਵੇ, ਹੈਂ, ਹਜੇ ਵੀ ਆਉਣ ਡੀ ਹੋਣੀ ਆ, ਕੰਬਲ ਲੈ ਲੈਣਾ ਨਾਲ, ਅੱਖਾਂ 'ਚ ਕੀ ਹੋ ਜਾਏ, ਰੜਕਣ ਡੀ ਹੋ, ਰਾਤ ਕਿਵੇਂ ਸੁੱਤਾ, ਰਾਤ ਕਿਵੇਂ ਸੁੱਤਾ, ਨਾ ਹੋ ਹੀ ਨਹੀਂ ਸਕਦਾ, ਖਾਸ ਹੋ 3 ਵਜੇ ਬਸ, ਆਹ ਆਹ ਦਿਲ ਦੀ ਗੱਲ ਕਹਿਤੀ ਤੂੰ ਉਸਤਾਦ, ਲੈ ਵੀ ਮਤਰਾ ਚਲੀਏ, ਕਹਿੰਦੇ ਕਦੋਂ ਜਾਣਾ ਪਿੰਡ ਨੂੰ, ਮੈਂ ਕਿਹਾ ਕੱਲ੍ਹ ਨੂੰ, ਅੱਜ ਅਸੀਂ ਇੱਥੇ ਨਿੱਕੇ ਨਿੱਕੇ ਸਾਰੇ ਕੰਮ ਕਰ ਲੈਣੇ ਆ, ਅਤੇ ਫਿਰ ਕੱਲ੍ਹ ਨੂੰ ਤਿਆਰੀ ਆ ਪਿੰਡ ਜਾਣ ਦੀ, ਹੈਂ, ਕਿਉਂ ਝੋਟਿਆ ਜੀ ਆ ਜਿੰਨੀ ਮਰਜ਼ੀ ਕਾਹਲੀ ਕਰ ਲਈਏ, ਜਿਹੜਾ ਟਾਈਮ ਤੇ ਮਿਥੇ ਟਾਈਮ ਤੇ, ਉਹ ਮਾਲਕ ਸੱਚੇ ਪਾਤਸ਼ਾਹ ਜਿਹੜੀ ਚੀਜ਼ ਮਿਥੇ ਦੀ ਨਾ, ਉਨੇ ਟਾਈਮ ਤੇ ਹੀ ਹੋਣਾ, ਜਿੰਨਾ ਮਰਜ਼ੀ ਭੱਜ ਲਓ ਨਸ ਲਓ, ਗੱਡੀਆਂ ਭਜਾ ਜਾਂ ਕਮਲੇ ਹੋ ਜਾਂਦੇ, ਹੈ ਨਾ, ਕਈ ਮੋਟਰਸਾਈਕਲ ਜਦੋਂ ਤੋਂ ਨਵੇਂ ਨਵੇਂ ਧੁੰਦ ਨਹੀਂ ਬਣੀ ਸ਼ੁਰੂ ਹੋਈ 10 ਦਿਨ ਪਹਿਲਾਂ, ਮੈਂ ਤੇ ਹਰਮਣ ਅਸੀਂ ਜਾਣ ਡੇ ਕਿਤੇ ਗੁਰੂ ਆ, 2-3 ਵਾਰ ਸਾਡੇ ਮੋਟਰਸਾਈਕਲ ਭਾਊ ਗੋਬਿੰਦ ਲੱਗਾ, ਇਹ ਨਹੀਂ ਇੱਕ ਬੰਦਾ ਹੀ ਉਹ ਅਲੱਗ ਅਲੱਗ, ਮੈਂ ਉਹਨੂੰ ਕਹਿੰਦਾ ਮੈਂ ਯਾਰ ਪਹਿਲਾਂ ਕਾਹਲੀ ਕਰੀ ਜਾਂਦੇ, ਹੈ ਨਾ, ਭਾਵੇਂ ਗਾੜੀ ਜਾ ਕੇ ਉੱਥੇ ਭਾਵੇਂ ਬਹਿਣਾ ਵੀ ਹੋਵੇ, ਭਾਵੇਂ ਉੱਥੇ ਵੇਟ ਕਰਨੀ ਹੋਵੇ, ਜਦੋਂ ਮੈਂ ਡਿਊਟੀ ਕਰਦਾ ਨਹੀਂ ਨਾ ਗੁਰੂ, ਅਸੀਂ ਵੀ ਉਦੋਂ ਨਵੇਂ ਨਵੇਂ ਜਦੋਂ ਭਰਤੀ ਹੋਏ ਤਾਂ ਗੁਰੂ ਦਾ ਡਰ ਬਣਾਉਂਦਾ ਸੀ ਕਿ ਐਪਸ ਨਾ ਲੱਗੇ, ਘਰੋਂ ਮੋਟਰਸਾਈਕਲ ਭਜਾ ਭਜਾ ਕਮਲੇ ਜਿਹਾ ਵੇਣਾ ਕਿ ਛੇਤੀ ਪਹੁੰਚ ਜੀ ਉੱਥੇ, ਜਾ ਕੇ 3-3-4 ਘੰਟੇ ਬਹਿਣਾ ਪੈਂਦਾ ਸੀ, ਆਹ ਸਾਹਿਬ ਹੁੰਦਾ ਸੀ ਸਾਡੇ, ਉਹ ਤੇਰਾ ਭਲਾ ਜੇ ਤੇਰਾ, ਓਏ ਆਹ ਵੇਲਾ ਹੈ ਗੱਲ ਕਰਨੀ ਡਿਆ ਤੇ ਗਾੜੀ ਕੰਮ ਹੀ ਉਹੋ ਜਿਹਾ ਬਣ ਗਿਆ, ਟੈਸਟ ਐਡੇ ਗਲਤ ਹੋਏ ਨਾ, ਅਸੀਂ ਤਾਂ ਗੁਰੂ ਕਾਫੀ ਪੀ ਕੇ ਲੀਵਰ ਦੀ ਗਰਮੀ ਕਰਾ ਲਈ ਆ, ਲੋਕ ਸ਼ਰਾਬੀ ਵੀ ਕਰਾਉਂਦੇ ਆ, ਅਤੇ ਤਾਂ ਕਰਕੇ ਯਾਰ ਨਹੀਂ ਹੁਣ ਫਿਰ ਠੰਡਾ ਠਾਰ ਹੋਣ ਡੇ, ਨਾਰੀ ਪਾਣੀ ਚੱਕ ਲਿਆ ਆਪਾਂ, ਹੈ ਬੋਰੀ ਬਿਸਤਰਾ ਸਾਰਾ ਡਾਈਟਲ ਆਪਾਂ ਚੱਕ ਲਿਆ ਹੋਣੀ, ਓਏ ਹੋਏ ਤੇਰਾ ਭਲਾ ਦੇ ਤੇਰਾ, ਠੰਡਾ ਲੈ ਲੈ, ਸਬਜ਼ੀ ਸੁਬਜ਼ੀ ਆਪਣੀ ਘੈਂਟ ਦਾ ਹੀ ਆਉਣਾ ਸਾਰੀਆਂ, ਟੋਪ ਦਾ ਸਮਾਂ ਰੱਖ,
ਇਹਨਾਂ ਝੋਟਿਆ ਜਿਹਾ ਹਟਦੇ ਕਿਤੇ ਵਿਆਹ ਮਰੇ ਬੰਦੇ ਵੀ ਲੈ ਵੀ ਗੱਲ ਦੱਸੀ ਮੈਨੂੰ ਵੀਰ ਨੇ ਕੁੜੀਆਂ ਦੀ ਬੰਦੇ ਸਾਡੇ ਦੀ ਨਵਾਂ ਹੀ ਕੁੜੀਆਂ 60,000 ਚੱਲ ਗਈ ਜਦੋਂ ਦੀ ਕੁੜੀਆਂ ਸਾਈਡ ਮਾਰੀ ਇਹਨੂੰ ਸਾਈਡ ਕਿੱਦਾਂ ਮਾਰੀ ਹੈ ਮੁੰਡਾ ਮੋਟਰਸਾਈਕਲ 'ਤੇ ਉਹਨੇ ਮਾਰੀ ਗੱਡੀ ਵਿੱਚ ਅਤੇ ਗੱਡੀ ਡੁੱਗੀ ਜਾ ਕੇ 100-150 ਕਿਲੋਮੀਟਰ 'ਤੇ ਹੌਲੀ ਜਿਹੀ ਨੇ ਕਹਿਤਾ ਸੋਰੀ ਅਗਲੀ ਗੱਲ ਤੂੰ ਦੱਸ ਹੁਣ ਮਨ ਤੇ ਮੇਰਾ ਜਵਾਕ ਰੋਲਣਾ ਦਾ ਸੋਰੀ ਕਹਿ ਕੇ ਸਾਰਦੇ ਇੰਨੇ ਮਿੰਟ 'ਚ ਕਹਿੰਦੀ ਸੋਰੀ ਸੀਸਾ ਨਾਲ ਦੀ ਨਾਲ ਬੰਦ ਕਰ ਲਿਆ ਮੈਂ ਬਾਤ ਮੇਰਾ ਤਾਂ ਜਵਾਕ ਰੋਲਦੇ ਹੈ ਵਿਆਹ ਮਰੇ ਬੰਦੇ ਹੈ ਲੈ ਕੇ ਬਹਿ ਲੱਗੀ ਦੂਸਰੀਆਂ ਮੈਂ ਪਰਿਵਾਰ 3-4 ਖੜਾਵਾਉਂਦਾ ਇੱਕ ਬੰਦੇ ਨਾਲ ਸਹੀ ਗੱਲ ਯਾਰ ਕੀ ਲਿਖਿਆ ਹੁੰਦਾ ਸੇਫ ਡਰਾਈਵ ਮਲਦਾ ਇਕੱਠਾ ਕਰਨਾ ਔਖਾ ਕਰ ਦੇਣਾ ਮੈਂ ਵੀ ਮਿੱਤਰਾ ਮੈਂ ਚੱਲੇ ਜਿਮ ਚੱਲਦੇ ਸ਼ਾਮ ਫਿਰ ਕਿੰਨੇ 6 ਵਜੇ ਦਾ 6 ਨੀ 5 ਵਜੇ ਰੱਖੋ ਤਾਂ 6 ਵਜੇ ਜਾਊਂਗਾ ਉੱਥੇ ਗੱਡੀ ਆਪਾਂ ਇੱਥੋਂ ਕਿਹੜੀ ਖੜਨੀ ਕੱਪੜੇ ਮੋਟੇ ਪਾ ਲਿਓ ਜਦੋਂ ਠੰਡ ਲੱਗਦੀ ਕੰਬਲ ਚੱਕ ਲੈਣੇ ਬੜੀ ਠੰਡ ਲੱਗੀ ਮਿੱਤਰਾ ਚਲੀਏ ਖਾਈਏ ਪੀਏ ਮੰਨੇ ਪਹਿਲਾਂ ਕੁਛ ਹੈ ਫਿਰ ਹੀ ਜਿਮ ਲੱਗਣਾ ਜੀ ਚੰਗਾ ਵੇ ਭਾਈ ਝੋਟਿਆ ਲੈ ਵੀ ਆਹ ਤਾਂ ਕੰਮ ਬਹੁਤ ਜ਼ਿਆਦਾ ਗਲਤ ਹੋਣਾ ਅਤੇ ਗੱਡੀ ਸਾਡੀ ਫਿਰ ਇੱਥੋਂ ਗੰਦੀ ਹੋ ਜਾਣੀ ਆ ਅਤੇ ਆਹ ਕੰਮ ਗਲਤ ਆ ਇਹਦਾ ਹੱਲ ਕਰਨਾ ਪਊਗਾ ਭਾਈ ਯਾਰ ਜੇ ਪਹੁੰਚ ਗਏ ਜੇ ਕੈਫੇ 'ਤੇ ਭੁੱਖ ਬਹੁਤ ਲੱਗੀ ਟਾਈਮ ਹੋ ਗਿਆ ਜੇ 1:30 ਵੱਜ ਗਿਆ ਜੇ ਜਾਣੇ ਮਿਲ ਗਏ ਸਵੇਰ ਦਾ ਸਿਰਫ 2-3 ਗਲਾਸ ਪਾਣੀ ਦੇ ਪੀਤੇ ਅਤੇ 4 ਖਾਧੇ ਬਿਸਕੁਟ ਇੱਥੇ ਇਹ ਹਾਲ ਜੇ ਲਾ ਲਓ ਸਾਹਿਬ ਕਿ ਚੰਡੀਗੜ੍ਹ ਆ ਕੇ ਸ਼ਡਿਊਲ ਸਾਰਾ ਖਰਾਬ ਹੋ ਜਾਂਦਾ ਇੱਕ ਉੱਠਣ ਦਾ ਲੇਟ ਹੋ ਜਾਂਦਾ ਰਾਤੀ ਮੈਂ ਸੌਂ ਵੀ ਟਾਈਮ ਸਿਰ ਗਿਆ ਇੱਕ ਠੰਡ ਕਰਕੇ ਸਵੇਰੇ ਉੱਠ ਕੇ ਵੀ ਬਾਹਰ ਰਜਾਈ ਛੱਡਣੀ ਬੜੀ ਔਖੀ ਲੱਗਦੀ ਆ ਉਹ ਚੱਕਰ ਦੇ ਵਿੱਚ ਕਰਦਾ ਕਰਦਾ 1:30 ਵਜੇ ਆ ਲਿਆ ਅਤੇ ਹਜੇ ਕੀਤਾ ਸਵੇਰ ਦਾ ਧੇਲੇ ਦਾ ਕੰਮ ਨਹੀਂ ਕੀਤਾ ਸਵੇਰ ਦਾ ਕੁਛ ਵੀ ਨਹੀਂ ਕੀਤਾ ਹੈ ਨਾ ਸਿਰਫ ਗੁਰੂ ਮਹਾਰਾਜ ਦਾ ਪਾਠ ਕੀਤਾ ਅਤੇ ਗੁਰਦੁਆਰਾ ਸਾਹਿਬ ਵੀ ਹਜੇ ਜਾਣਾ ਵਾ ਹੈ ਨਾ ਕਿ ਭੁੱਖ ਬਹੁਤ ਜ਼ਿਆਦਾ ਲੱਗੀ ਆ ਗੱਲ ਕਰਦੀ ਕਿ ਜਾਂ ਤਾਂ ਬੰਦਾ ਪੱਕਾ ਇੱਥੇ ਮਾਲੀ ਰਹੇ ਹੈ ਨਾ ਫਿਰ ਬੰਦਾ ਸਾਰਾ ਸਮਾਨ ਸੱਜ ਸਮਾਨ ਜਿਹੜਾ ਖਾਣ ਪੀਣ ਲਿਆ ਕੇ ਰੱਖ ਛੱਡਦਾ ਹੁਣ ਸਾਡਾ ਫਿਰ ਇਰਾਦਾ ਬਣਦਾ ਕੱਲ੍ਹ ਨੂੰ ਅਸੀਂ ਜਾਵਾਂਗੇ ਪਿੰਡ ਹੈ ਨਾ ਫਿਰ ਚੰਡੀਗੜ੍ਹ ਆਵਾਂਗੇ ਫਿਰ ਪਿੰਡ ਆਹ ਮਤਲਬ ਕਿ ਆਹ ਮਹੀਨਾ ਤੱਕ ਤੁਹਾਨੂੰ ਦੱਸਣ ਡਿਆ ਮੈਂ ਅੱਗੇ ਇੱਕ ਬਲੌਗ 'ਚ ਗੱਲ ਕਰਨ ਡਿਆ ਸੀ ਮੈਂ ਕਿਹਾ ਨਵੇਂ ਸਾਲ ਤੋਂ ਬਾਅਦ ਓਕੇ ਰੋਡਲੇ ਬਲੌਗ ਹੋਣਗੇ ਹੈ ਨਾ ਪਰ ਆ ਜਿਹੜਾ ਅੱਜ ਬਲੌਗ ਮੈਂ ਬਣਾਉਣ ਡਿਆ ਇਹ ਆਪਾਂ ਜਾਣਾ ਵਾ ਮਤਲਬ ਕਿ ਸ਼ਾਮਾਂ ਨੂੰ ਫਤਿਹਗੜ੍ਹ ਸਾਹਿਬ ਹੈ ਨਾ ਇੱਥੋਂ ਅਸੀਂ ਹੁਣ ਮਤਲਬ ਕਿ ਜਿੰਮ ਲਾ ਕੇ ਕੋਟਲਾ ਸਾਹਿਬ ਇੱਥੇ ਮੱਥਾ ਟੇਕ ਕੇ ਜਿੱਥੇ ਨਾ ਟੇਕਿਆ ਫਿਰ ਫਤਿਹਗੜ੍ਹ ਸਾਹਿਬ 'ਤੇ ਟੇਕਣਾ ਹੈ ਨਾ ਸ਼ਾਮ ਨੂੰ ਅਤੇ ਉੱਥੋਂ ਇਹ ਹੈ ਕਿ ਉੱਦਣ ਅਸੀਂ ਇੱਕ ਦਿਨ ਅੱਗੇ ਵੀ ਗਏ ਕੱਲ੍ਹ ਪਰਸੋਂ ਗਏ ਮੰਨੇ ਆਪਾਂ ਪਰਸੋਂ ਗਏ ਬੰਦਾ ਨਹੀਂ ਗਿਆ ਮੰਨਾ ਇੱਥੇ ਰਹਿ ਪਿਆ ਉਦੋਂ ਅਤੇ ਅਸੀਂ ਉਦੋਂ ਗਏ ਸੀ ਪਰਸੋਂ ਉਦੋਂ ਪਰ ਮੈਂ ਬਲੌਗ ਵਲੌਗ ਨਹੀਂ ਬਣਾਇਆ ਸੀ ਪਰ ਉਹ ਤੋਂ ਬਾਅਦ ਫਿਰ ਮੈਨੂੰ ਮਤਲਬ ਕਿ ਇੱਕ ਇਹ ਚੀਜ਼ ਮੈਂ ਕੁਛ ਦੱਸਣ ਵਾਸਤੇ ਬਲੌਗ ਬਣਾਉਣ ਡਿਆ ਵਾ ਬਲੌਗ ਇਹ ਨਹੀਂ ਕਿ ਮਤਲਬ ਕਿ ਆਪਾਂ ਉਸ ਚੀਜ਼ ਵਾਸਤੇ ਬਲੌਗ ਬਣਾਉਣ ਡਏ ਹਾਂ ਅਤੇ ਜੋ ਆਪਣੀ ਡੇਲੀ ਰੂਟੀਨ ਆ ਉਹਦੇ ਹਿਸਾਬ ਨਾਲ ਬਣਾਉਣ ਡੇ ਕਿ ਆਪਾਂ ਅੱਜ ਆਹ ਕਰਦੇ ਹਾਂ ਅਤੇ ਅੱਜ ਸ਼ਾਮ ਦਾ ਆਪਣਾ ਜਿਹੜਾ ਹੈਗਾ ਵਾ ਉੱਥੇ ਜਾਣ ਦਾ ਪ੍ਰੋਗਰਾਮ ਬਾਬਾ ਜੀ ਦੇ ਫਤਿਹਗੜ੍ਹ ਸਾਹਿਬ ਦਾ ਹੈ ਨਾ ਅਤੇ ਉਹ ਤੋਂ ਪਹਿਲਾਂ ਮੈਨੂੰ ਇਹ ਆ ਕਿ ਸ਼ਾਮਾਂ ਨੂੰ ਟਰਾਲੀ ਟੇਟਰ ਤਿਆਰ ਕੀਤਾ ਅਮਰਿੰਦਰ ਨੇ ਅਤੇ ਸਿੱਧਾ ਆਪਾਂ ਇੱਥੋਂ ਆਪਣਾ ਸਾਰਾ ਕੰਮ ਕਰ ਕਰਕੇ ਸਿੱਧਾ ਅਮਰਿੰਦਰ ਦੇ ਪਿੰਡ ਜਾ ਵੱਜਣਾ ਉੱਤੋਂ ਫਿਰ ਅੱਗੇ ਜਿਹੜੀ ਕਾਰਵਾਈ ਲੜਾ ਲੁੜਾ ਮਾਰ ਲਈਆਂ ਯਾਰ ਹੋਣਾਂ ਨੇ ਅਤੇ ਹੁਣ ਸਿੱਧਾ ਜਾ ਵੱਜਣਾ ਜਿੰਮ 'ਚ ਅਤੇ ਜਿੰਮ 'ਚ ਜਾ ਕੇ ਮਤਲਬ ਅੱਧਾ ਘੰਟਾ ਬਹਿਣਾ ਪੈਣਾ ਆਪਾਂ ਨੂੰ ਉੱਥੇ ਹੈ ਕਿਉਂਕਿ ਆਪਾਂ ਹੁਣੇ ਡਾਇਟ ਖਾਧੀ ਆ ਅਤੇ ਗੋਲੀ ਗੱਟਾ ਖਾ ਕੇ ਗੋਲੀ ਗੱਟੇ ਦਾ ਮਤਲਬ ਕਿ ਮਲਟੀ ਵਿਟਾਮਿਨ ਫਿਸ਼ ਆਇਲ ਹੁਣ ਸਿਆਲ ਆ ਨਾ ਅਤੇ ਫਿਸ਼ ਆਇਲ ਦੀ ਇੱਕ ਗੋਲੀ ਆਪਾਂ ਚੱਬ ਚਾਹੀਦੀ ਆ ਕਿਉਂਕਿ ਫਿਸ਼ ਤਾਂ ਆਪਾਂ ਖਾਣੀ ਨਹੀਂ ਅਤੇ ਫਿਸ਼ ਦੀ ਗੋਲੀ ਤਾਂ ਖਾ ਸਕਦੇ ਹਾਂ ਨਾ ਬਾਈ ਅਤੇ ਅੱਜ ਮੈਂ ਉਹ ਵੀ ਨਹੀਂ ਖਾਣਾ ਜਿੰਮ ਤਾਂ ਲਾ ਲਿਆ ਯਾਰ ਹੋਣਾਂ ਨੇ ਬੜਾ ਔਖਾ ਲਾਇਆ ਇਹ ਮੰਨੇ ਜੀ ਨਹੀਂ ਕਰਨ ਡਿਆ ਜੀ ਕਰਨ ਡਿਆ ਸੀ ਅਸਲ ਵਿੱਚ ਖਾ ਪੀ ਲਿਆ ਅਤੇ ਮਗਰੋਂ ਜਿੰਮ ਸ਼ੁਰੂ ਕਰਤਾ ਅਤੇ ਬਾਹਰ ਨੂੰ ਆਵੇ ਜਗਾੜ ਪਾਣੀ ਸਾਰਾ ਹੈਂ ਔਖਾ ਸੌਖਾ ਮੈਸੇਜ ਕਰ ਆਇਆ ਜੀ ਪੂਰੀ ਮਿੱਤਰੋ ਪਰ ਬਾਬਾ ਸੁੱਖ ਰੱਖੇ ਆਪਣਾ ਸ਼ਡਿਊਲ ਬੜਾ ਸੋਹਣਾ ਬਣ ਜਾਣਾ ਬਸ ਇੱਕ ਤਰ੍ਹਾਂ ਸਿਹਤ ਥੋੜ੍ਹੀ ਜਿਹੀ ਕਾਇਮ ਹੋ ਜਾਏ ਲੀਵਰ ਰੋਜ਼ ਕਰਾ ਗਰਮੀ ਨਿਕਲ ਜਾਣਾ ਜਿੰਨਾ ਚਿਰ ਲੀਵਰ 'ਚ ਗਰਮੀ ਹੈ ਨਾ ਜਦ ਤੱਕ ਆਪਣੇ ਸਰੀਰ ਨੇ ਗਰੋਥ ਨਹੀਂ ਕਰਨਾ ਇਹ ਵੀ ਤੁਹਾਨੂੰ ਮੈਂ ਗੱਲ ਕਹਿ ਤਾ
ਪਹਿਲਾਂ ਲੀਵਰ ਨੂੰ ਟੱਲੀ ਕਰਨਾ ਪੈਣਾ ਪਹਿਲਾਂ ਵਮੇਟਾਂ ਖਾਈ ਜਾਈਏ ਲੀਵਰ ਨੂੰ ਕੁਛ ਨਾ ਹੋਵੇ ਕੁੜੀਆ ਪੀ ਪੀ ਕੇ ਕੌਫੀ ਤੇ ਲੀਵਰ 'ਚ ਗਰਮੀ ਪਾ ਲਈ ਮਿਲਣਾ ਕਮਾਲ ਹੀ ਟਲਵਾ ਲੈ ਵੀ ਮਿੱਤਰਾ ਗੱਲ ਏਦਾਂ ਸਾਡੇ ਸੱਜਣ ਮਿਲ ਪਏ ਅਸੀਂ ਕਦੋਂ ਦੇ ਜਿੰਮ ਤੋਂ ਵਿਹਲੇ ਹੋਏ ਹਾਂ ਜਦੋਂ ਅਸੀਂ ਕੈਫੇ ਬੈਠੇ ਮਤਲਬ ਕਿ ਸਾਡੇ ਕਾਫੀ ਪੁਰਾਣੇ ਜਿਹੜੇ ਯਾਰ ਦੋਸਤ ਜਿਹਨਾਂ ਨੂੰ ਮਿਲਣ ਬਹੁਤ ਦਿਨ ਹੋ ਗਏ ਸੀ ਹਨਾ ਬਹੁਤ ਟਾਈਮ ਹੀ ਹੋ ਗਿਆ ਸੀ ਤੇ ਦਿਵਾਲੀ ਦੀ ਮਿਲੇ ਆਪਾਂ ਪਟਾਕਿਆਂ ਦੇ ਮਿਲੇ ਉਹ ਤੋਂ ਬਾਅਦ ਅੱਜ ਮਿਲੇ ਤੇ ਜਿਉਂ ਗੱਲਾਂ ਬਾਤਾਂ ਚੱਲਣ ਲੱਗੀਆਂ ਤੇ ਸੱਜਣ ਸਾਡੇ ਇੱਧਰ ਉਡੀਕ ਕਰਨ ਡੇ ਉੱਧਰ ਡੱਗ ਤੇ ਖਲੋਤਾ ਆਪਣਾ ਨੰਨੂ ਆ ਨਾਲ ਸੱਜਣ ਮਿੱਤਰ ਹੋ ਰਿਹਾ ਤੇ ਉੱਥੋਂ ਆਪਾਂ ਜਾਵਾਂਗੇ ਮਨਿੰਦਰ ਦੇ ਪਿੰਡ ਮਨਿੰਦਰ ਦੇ ਪਿੰਡੋਂ ਟਰੇਟਾਂ ਲਈ ਚੱਕਾਂਗੇ ਹਜੇ ਤੇ ਮੰਦਰ ਨੇ ਨਹਾਉਣਾ ਜਾ ਕੇ ਬਿਨਾਂ ਤੇ ਤੁਰੇ ਫਿਰਦਾ ਮੇਰੇ ਨਾਲ ਸਵੇਰ ਦਾ ਇਹਨੂੰ ਮੈਂ ਸਵੇਰੇ 10 ਵਜੇ ਠਾਇਆ ਮੈਂ ਨਾਲਾ ਉੱਠ ਕੇ ਹੁਣ ਸਵੇਰ ਦਾ ਉਹਦਾ ਤੁਸੀਂ ਫਿਰਨੇ ਨਾਲ ਨਾਲ ਤੇ ਗੱਲ ਇੱਦਾਂ ਜਾਣ ਮੇਰੀ ਹੁਣ ਆਪਾਂ ਜਾਵਾਂਗੇ ਡੱਗ ਤੇ ਡੱਗ ਤੋਂ ਡੱਗ ਦਾ ਮਤਲਬ ਪਤਾ ਕੀ ਹੁੰਦਾ ਜਿੱਥੇ ਗੱਡੀਆਂ ਵਾਸ਼ ਕਰਦੇ ਕਈ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੋਣਾ ਹਨਾ ਬੋਲੀ ਬਾਲੀ ਦਾ ਫਰਕ ਪੈ ਜਾਂਦਾ ਹਨਾ ਇੱਧਰ ਦੀ ਉੱਧਰ ਦੇ ਬੋਲੀ ਮੈਨੂੰ ਸੱਚੀ ਨਹੀਂ ਪਤਾ ਡੱਗ ਦਾ ਮਤਲਬ ਹੁੰਦਾ ਇੱਥੇ ਗੱਡੀਆਂ ਵਾਸ਼ ਕਰਦੇ ਇਹ ਡੱਗ ਕਹਿੰਦੇ ਆਪਣੇ ਇੱਥੋਂ ਵਾਲੇ ਆਪਾਂ ਕਹਿੰਦੇ ਨਾ ਸਰਵ ਸਟੇਸ਼ਨ ਗੱਡੀਆਂ ਜਾਂ ਵਾਸ਼ ਕਰਾਉਣੀਆਂ ਸੋ ਮੇਰੀ ਜਾਣ ਹੁਣ ਡੱਗ ਤੇ ਜਾ ਕੇ ਉੱਥੋਂ ਫਿਰ ਆਪਾਂ ਗੱਡੀ ਇੱਕ ਲਾ ਦਾਂਗੇ ਇੱਕ ਗੱਡੀ ਜਾਵਾਂਗੇ ਮਨਿੰਦਰ ਦੇ ਪਿੰਡ ਮਨਿੰਦਰ ਦੇ ਪਿੰਡ ਜਾ ਕੇ ਉੱਥੋਂ ਆਪਾਂ ਪਰਨੇ ਬੰਨਾਂਗੇ ਸਿਰ ਤੇ ਹਨਾ ਤੇ ਉਹ ਤੋਂ ਬਾਅਦ ਆਪਾਂ ਚੱਲਾਂਗੇ ਗੁਰੂ ਮਹਾਰਾਜ ਦਰਸ਼ਨਾਂ ਵਾਸਤੇ ਤੇ ਇਹ ਮੇਰਾ ਡੇਲੀ ਰੂਟੀਨ ਦਾ ਵਲੌਗ ਸੀ ਰੂਟੀਨ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਣੀ ਕਿ ਅਸੀਂ ਪਰਸੋਂ ਵੀ ਹੋ ਗਏ ਹਾਂ ਅਸੀਂ ਅੱਜ ਵੀ ਚੱਲੇ ਹਾਂ ਅਤੇ ਜਿਹੜੇ ਭਰਾ ਮੇਰੇ ਇਸ ਵਲੌਗ ਨੂੰ ਵੇਖਣ ਡੇ ਆ ਉਹ ਫਤਿਹਗੜ੍ਹ ਸਾਹਿਬ ਤੋਂ ਜ਼ਰੂਰ ਹੋ ਕੇ ਆਇਓ ਆਪਣੇ ਪਰਿਵਾਰ ਨੂੰ ਲੈ ਕੇ ਜਾਇਓ ਜੇ ਕਿਸੇ ਦਾ ਪਰਿਵਾਰ ਵੀ ਜਾਣ ਡਿਆ ਉੱਥੇ ਉਹਨਾਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਅਤੇ ਆਪਣੇ ਇਤਿਹਾਸ ਤੋਂ ਜਾਣੂ ਕਰਾਇਓ ਹੈ ਨਾ ਕਿ ਕੀ ਕੁਰਬਾਨੀਆਂ ਦਿੱਤੀਆਂ ਵਾ ਹੈ ਨਾ ਆਪਣੇ ਗੁਰੂ ਮਹਾਰਾਜ ਨੇ ਆਪਣੇ ਵਾਸਤੇ ਅਤੇ ਆਪਾਂ ਤਾਂ 1% ਵੀ ਉਸ ਚੀਜ਼ ਦਾ ਹਜੇ ਮੁੱਲ ਨਹੀਂ ਮੋੜ 'ਤੇ ਪਿਆ ਮੈਂ ਖੁਦ ਵੀ ਇਸ ਚੀਜ਼ ਤੋਂ ਹਜੇ ਮਤਲਬ ਕਿ ਬਹੁਤ ਦੂਰ ਆ ਹੈ ਨਾ ਪਰ ਫਿਰ ਵੀ ਕੋਸ਼ਿਸ਼ ਤਾਂ ਆਪਾਂ ਕਰ ਸਕਦੇ ਹਾਂ ਕਿ ਮਹਾਰਾਜ ਗਾੜੀ ਅਰਦਾਸ ਬੇਨਤੀ ਹੱਥ ਪੱਲਾ ਜੋੜ ਸਕਦੇ ਹਾਂ ਸੱਚੇ ਪਾਤਸ਼ਾਹ ਸਾਨੂੰ ਆਪਣੇ ਲੜ ਲਾ ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖ ਸਾਨੂੰ ਮੱਤ ਬਖਸ਼ ਹੈ ਨਾ ਕਿ ਅਸੀਂ ਉਸ ਰੂਪ 'ਚ ਆਈਏ ਹੈ ਨਾ ਕਿ ਆਪਾਂ ਹਜੇ ਬਹੁਤ ਦੂਰ ਹਾਂ ਠੀਕ ਹੈ ਮੈਂ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਪਾਠ ਕਰਦਾ ਵਾਂ ਪਰ ਹਜੇ ਜਿਹੜੀ ਚੀਜ਼ ਉਹ ਆਪਾਂ ਨੂੰ ਦੇ ਕੇ ਗਿਆ ਸੀ ਨਾ ਤੁਸੀਂ ਇਸ ਰੂਪ 'ਚ ਰਹਿਣਾ ਵਾ ਜਾਂ ਚੀਜ਼ਾਂ ਉਹ ਚੀਜ਼ਾਂ ਤੋਂ ਹਜੇ ਆਪਾਂ ਬਹੁਤ ਦੂਰ ਹਾਂ ਮੈਂ ਉਸ ਚੀਜ਼ ਤੋਂ ਬਹੁਤ ਦੂਰ ਹਾਂ ਸਿਰਫ ਮੈਂ ਅਜੇ ਪਾਠ ਕਰਦਾ ਗੁਰੂ ਮਹਾਰਾਜ ਦਾ ਪਰ ਫਿਰ ਵੀ ਮੇਰੀ ਅਰਦਾਸ ਬੇਨਤੀ ਇਹੋ ਹੀ ਹੁੰਦੀ ਰੋਜ਼ ਦੀ ਸੱਚੇ ਪਾਤਸ਼ਾਹ ਮਾਲਕ ਮੇਰੇ ਦਾਤਿਆ ਕਿ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਚਰਨਾਂ ਨਾਲ ਉਦੋਂ ਲੱਗਾਂਗੇ ਆਪਾਂ ਚੰਗੀ ਤਰ੍ਹਾਂ ਜਦੋਂ ਆਪਾਂ ਉਸੇ ਰੂਪ 'ਚ ਆ ਜਾਵਾਂਗੇ ਜਿਹੜਾ ਰੂਪ ਮਹਾਰਾਜ ਆਪਾਂ ਨੂੰ ਦੇ ਕੇ ਗਿਆ ਸੀ ਹੈ ਨਾ ਅਰਦਾਸ ਬੇਨਤੀ ਕਰਿਆ ਕਰੋ ਅਤੇ ਪਰ ਜ਼ਰੂਰ ਜਾਇਓ ਫਤਿਹਗੜ੍ਹ ਸਾਹਿਬ ਜ਼ਰੂਰ ਜਾਇਓ ਮੇਰੇ ਭਰਾ ਮੈਂ ਵੀ ਚੱਲਿਆ ਵਾਂ ਤੁਹਾਨੂੰ ਦਰਸ਼ਨ ਕਰਵਾਉਂਦਾ ਵਾਂ ਜਿੱਥੋਂ ਦਾ ਕੈਮਰਾ ਅਲਾਊਡ ਹੋਇਆ ਹੈ ਨਾ ਕਿ ਤੁਸੀਂ ਵੀ ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਆਪਣਾ ਇਤਿਹਾਸ ਕੀ ਸੀ ਹੈ ਨਾ ਜ਼ਰੂਰ ਜਾਇਓ ਚਲੀ ਬੰਨੇ ਆਪਣਾ ਲਾਦੀ ਹੋ ਇੱਥੇ ਤਾਂ ਯਾਰ ਨਹੀਂ ਜਾਣਗੇ ਇੱਥੇ ਵਰਨਾ ਪੇ ਜਾਏਂਗੇ ਝੋੜੇ ਆਏ ਆ ਲੈ ਵੀ ਚਲੀਏ ਮਨਿੰਦਰ ਦੇ ਕੋਲ ਹੈਂ ਅਜੇ ਤਾਂ ਮੰਦੇ ਨਹਾਉਣਾ ਆਪਾਂ ਜਾਂ ਥੋੜ੍ਹੀ ਸਵੇਰ ਦਾ ਇਹ ਚੱਲ ਬੀ ਗੋਲ ਪਰਨਾ ਜਾਣ ਮੈਨੂੰ ਕੋਈ ਬੱਚਾ ਨੀ ਮੈਂ ਕਦੀ ਬੰਨਿਆ ਨੀ ਨਾ ਗੋਲ ਪਰਨਾ ਟਰਾਈ ਕਰਾਂਗੇ ਬਾਅਦ ਚੋਂ ਲੈ ਬੀ ਮਿੱਤਰਾ ਚਲੀਏ ਫਿਰ ਚਲੋ ਉਹ ਜੈਂਟ ਕਿੱਥੇ ਮਿਲਿਆ ਲਈ ਚਲੋ ਚੱਲੋ ਦਰਸ਼ਨ ਮੇਲੇ ਕਰਕੇ ਤੇ ਆ ਗਏ ਯਾਰ ਹੁਣੀ ਤੈਨੂੰ ਘਰੇ ਛੱਡ ਗਈ ਹੁਣ ਚੱਲ ਬਹਿ ਬਾਈ ਗਾਡੀ ਨੇ ਪਹੁੰਚ ਗਏ ਯਾਰ ਹੁਣੀ ਫਲੈਟ ਤੇ ਗੱਲ ਇੱਦਾਂ ਕਿ ਜਦੋਂ ਆਹਣੇ ਪਾਣੀ ਦੀਆਂ ਬੋਤਲਾਂ ਦੋ ਮੈਂ ਕੱਛੇ ਮਾਰੀਆਂ ਤੇ ਜੇ ਬੰਦਾ ਪਹਿਲਾਂ ਸਿਹਤ ਤਿਆਰ ਰੱਖ ਲੇ ਚੰਗਾ ਨੀ ਹੁਣ ਗਰਮੀ ਪਈ ਦਿਹਾੜੀ ਤਾਂ ਮੈਂ ਜ਼ਿਆਦਾ ਨੀ ਤੇ 5-6 ਲੀਟਰ ਪਾਣੀ ਪੀਂਦੇ ਨਹੀਂ ਵੀਰ ਅੱਜ ਫਿਰ ਮੈਂ ਕੋਈ ਪੀਤੀ ਗਈ ਇੱਕ ਵਾਰ ਔਰ ਆਪਾਂ ਕਹਿੰਦਾ ਨਾ ਸਲਾਲੇ ਬਈ ਆਪਾਂ ਨੀ ਕਾਫੀ ਪੀਂਦੇ ਹੁਣ ਜੋ ਮਰਜ਼ੀ ਹੋ ਜੇ ਕਦੇ ਚਲੋ ਵੀਰ ਭਰਾ ਮਿਲ ਪਏ ਇਹਨਾਂ ਨੇ ਜ਼ਬਰਦਸਤੀ ਪਿਆਤੀ ਮੈਂ ਦਿਲ ਤੇ ਹੱਥ ਰੱਖ ਕੇ ਪੀ ਲਈ ਪਰ ਉਸ ਤੋਂ ਬਾਅਦ ਮੈਂ 3-4 ਲੀਟਰ ਪਾਣੀ ਪੀ ਗਿਆ 2 ਲੀਟਰ ਮੈਂ ਲੈ ਕੇ ਆਇਆ 1 ਲੀਟਰ ਮੈਂ ਸੌਣ ਤੋਂ ਪਹਿਲਾਂ ਪੀ ਜਾਣਾ ਇੱਕ ਸਾਰੀ ਉੱਠਦਾ ਸਾਰਾ ਮਾਰਨ ਲੀਟਰ ਇੱਕ ਗਰਮੀ ਕੱਢ ਦੇਣੀ ਆ ਆਪਾਂ ਉਹਦੇ ਪੁੱਛਦੇ ਨਾ ਲੀਵਰ 'ਚ ਗਰਮੀ ਕਿੱਦਾਂ ਕੱਢੀ ਦੀ ਇੱਦਾਂ ਕੱਢੀ ਜੇ ਘੋਲ ਘੋਲ ਕੱਢਣੀ ਪੈਂਦੀ ਹੈ ਜੇ ਲੀਵਰ ਆਪਣਾ ਕਾਇਮ ਨਹੀਂ ਨਾ ਤਾਂ ਜਾਣ ਕਰੀਏ ਬੈਗ 'ਚ ਫਲੈਟ ਦੀ ਮੈਨੂੰ ਨਾ ਪੁੱਛ ਸਮਾਨ ਲੜਕਾਉਣਾ ਆਇਆ ਤੂੰ ਹਾਂ
ਚਾਬੀ ਭਰਨਾ ਜੇ ਤੇ ਮੈਨੂੰ ਇੱਥੇ ਬਹਿਣਾ ਪੈਣਾ ਸੀ ਤੇ ਵਰਨ ਵਾਲੇ ਵੀਰ ਨੂੰ ਫੋਨ ਕਰਨਾ ਪੈਣਾ ਵਰਨਾ ਵੀ ਡੱਗ ਤੇ ਲੱਗੀ ਤੇ ਆਪਾਂ ਉਹਨੂੰ ਅਸੀਂ ਘਰੇ ਛੱਡ ਕੇ ਆਏ ਆ ਉਹਨੇ ਫਿਰ ਇੱਥੇ ਚਾਬੀ ਲੈ ਕੇ ਆਉਣਾ ਵਿਚਾਰੇ ਨੇ ਲੈ ਵੀ ਬਣਿਆ ਕਰੀਏ ਤਿਆਰੀ ਸਵੇਰੇ ਪਿੰਡ ਜਾਣ ਦੀ ਲੈ ਵੀ ਮਿੱਤਰਾ ਸਾਡੀ ਸਵੇਰੇ ਡੀਲ ਡਨ ਹੁੰਦੀ ਫਿਰਦੀ ਜੇ ਪਿੰਡ ਜਾਣ ਦੀ ਬਾਬਾ ਸੁੱਖ ਰੱਖੇ ਜੇ ਅਸੀਂ ਚੜ ਗਏ ਤਾਂ ਅਸੀਂ ਫਿਰ ਵਾਪਸੀ ਆ ਜਾਣਾ ਨਵੇਂ ਸਾਲ ਤੱਕ ਅਸੀਂ ਇੱਥੇ ਰਹਿਣਾ ਮੰਨੇ ਆਹ ਪਾਣੀ ਗਰਮ ਕਰੀਏ ਯਾਰ ਪਾਣੀ ਗਰਮ ਕਰੀਏ ਪਾਣੀ ਠੰਡਾ ਨਹੀਂ ਪੀਂਗੇ ਭਾਈ ਮਾੜਾ ਕੋਸਾ ਕਰਕੇ ਫਿਰ ਹੀ ਪੀਵਾਂਗੇ ਤੈਨੂੰ ਕਿੱਦਾਂ ਠਾਵਾਂ ਸਰ ਤੜਕੇ ਤੜਕੇ ਤਾਂ ਨਾਂ ਨੂੰ ਵਿਹਲੇ ਬੰਦੇ ਨੇ ਹਾਮੀ ਨਹੀਂ ਭਰੀ ਹੈ ਵਿਹਲਾ ਉੱਠਣਾ ਤਾਂ ਸਵੇਰੇ ਠਾ ਦੂੰਗਾ 6 ਵਜੇ ਹੈ ਓਏ ਆਪ ਮੇਰਾ ਪਲੈਨ ਇਹ ਹੈ ਕਿ 9 ਵਜੇ ਆਪਾਂ ਨਿਕਲ ਜਾਈਏ ਇੱਥੋਂ ਮੇਰਾ ਪਲੈਨ ਵੀ ਇਹ ਹੈ ਨਾ ਕਿ ਸਵੇਰੇ 6 ਵਜੇ ਉੱਠਾਂ ਉੱਠ ਕੇ ਜਿਮ ਵਾਲਾ ਅਤੇ ਗੁਰਦੁਆਰਾ ਸਾਹਿਬ ਹੋ ਗਏ ਉਹਨੇ ਤੈਨੂੰ ਜਦੋਂ ਤਿਆਰ ਹੋ ਗਿਆ ਤਾਂ ਵੀ ਠੀਕ ਨਹੀਂ ਤਾਂ ਬਿਨਾਂ ਨਾ ਤੈਨੂੰ ਫਿਰ ਲੈ ਜਾਣਾ ਵੀ ਸਵੇਰੇ ਹੈਂ ਇਹ ਲੱਗ ਜੂ ਪਤਾ ਵੇਖ ਲਓ ਮਿੱਤਰੋ ਬੰਦੇ ਨੇ ਆਪਾਂ ਦੱਸਤਾ ਗਾ 5 ਵਜੇ ਤੁਰਨਾ ਵਾ ਹੁਣ ਵੇਹਨੇ ਇਹ ਲੇਟ ਨਾ ਕਰੇ ਤਾਂ ਚੰਗੀ ਗੱਲ ਇਹਦੇ ਵਾਸਤੇ ਹੈ ਮਿੱਤਰਾ ਕੇਤਲੀ ਜੀ ਤਾਂ ਬੜਾ ਸੌਖੀ ਇਹ ਮੈਨੂੰ ਗਿਫਟ ਮਿਲੀ ਸੀ ਗਿਫਟ ਵੀ ਕਿੱਥੋਂ ਮਿਲੀ ਭਲਾ ਇਹ ਮਿਲੀ ਸੀ ਜਦੋਂ ਅਸੀਂ ਆ ਮੈਂ ਕੜਾ ਜਿਹਾ ਨਹੀਂ ਲਿਆ ਸੀ ਸੋਨੇ ਦਾ ਉਹਨਾਂ ਬਾਈ ਹੋਣਾ ਗਿਫਟ ਦਿੱਤੀ ਮੈਨੂੰ ਕੇਤਲੀ ਆ ਲੈ ਵੀ ਮਿੱਤਰਾ ਆਪਾਂ ਦੇ ਗੁਰੂ ਮਹਾਰਾਜ ਦਰਸ਼ਨ ਵੇਲੇ ਕਰ ਰਹੇ ਜੀ ਅਤੇ ਜਿਹੜੇ ਭਲਾ ਆਪਣਾ ਵਲੌਗ ਵੇਖਦੇ ਆ ਉਹ ਜ਼ਰੂਰ ਜਾਇਓ ਹੈ ਨਾ ਅਤੇ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਹੋ ਗਿਆ ਉਹ ਅਤੇ ਹੁਣ ਕਈ ਵੀਰ ਇਹਦੇ ਵਿੱਚ ਵੀ ਮੈਨੂੰ ਕਹਿਣਗੇ ਕਿ ਬਾਈ ਤੂੰ ਵਲੌਗ ਬਣਾਇਆ ਕਿਹੜੇ ਦਿਨ ਚੱਲਦੇ ਪਏ ਆ ਜਾਣ ਮੇਰੀ ਮੈਂ ਬਣਾਉਂਦਾ ਡੇਲੀ ਰੂਟੀਨ ਦੇ ਵਲੌਗ ਹੈ ਨਾ ਰੂਟੀਨ ਦੇ ਹਿਸਾਬ ਨਾਲ ਮੈਂ ਜੋ ਚੀਜ਼ਾਂ ਕਰਦਾ ਰਹਿੰਦਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ ਹੈ ਨਾ ਇਹ ਚੀਜ਼ ਕਿਹਨੂੰ ਚੰਗੀ ਲੱਗੇ ਮਾੜੀ ਲੱਗੇ ਮੈਂ ਗਿਆ ਤਾਂ ਮੈਂ ਦੱਸਤਾ ਹੈ ਨਾ ਅਤੇ ਅੱਗੇ ਵੀ ਮੈਂ ਜੋ ਕੁਛ ਕਰਦਾ ਰਹਿੰਦਾ ਡੇਲੀ ਰੂਟੀਨ ਦੇ ਵਿੱਚ ਮੈਂ ਉਹ ਦੱਸ ਦਿੰਦਾ ਹੈ ਨਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਵੇਖ ਲੈਂਦੇ ਜੇ ਵਿੱਚ ਪਰ ਕੁਛ ਨਾ ਹੁੰਦੇ ਆਪਣੇ ਵਿਦਵਾਨ ਬਣਨ ਦੀ ਕਈਆਂ ਨੂੰ ਆਦਤ ਹੁੰਦੀ ਹੈ ਨਾ ਕਿ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ ਹੁੰਦਾ ਉਹਨਾਂ ਨੇ ਕਿਸੇ ਨਾ ਕਿਸੇ ਚੀਜ਼ ਤਰਕ ਕੱਢਦੇ ਰਹਿਣਾ ਹੁੰਦਾ ਹੈ ਨਾ ਆਪਾਂ ਗਏ ਹਾਂ ਅਤੇ ਬਾਕੀ ਇਹ ਹੈ ਨਾ ਕਿ ਜੇ ਤੁਸੀਂ ਜਾਓਗੇ ਕੁਛ ਚੀਜ਼ਾਂ ਹੁਣ ਹਾਲੇ ਤੱਕ ਵੀ ਮੈਨੂੰ ਨਹੀਂ ਪਤਾ ਹੈ ਨਾ ਜਾ ਕੇ ਉੱਥੇ ਜਦੋਂ ਆਪਾਂ ਸੰਗਤ ਦੇ ਨਾਲ ਮਿਲੀਦਾ ਜਾਂ ਉੱਥੇ ਆਪਣੇ ਸੇਵਾਦਾਰ ਮਿਲਦੇ ਆ ਜਿੱਦਾਂ ਕਈ ਜਿਹੜਾ ਸੇਵਾਦਾਰ ਨੋਰਮਲ ਗੱਲਾਂ ਕਰਨ ਦਿੰਦੇ ਉੱਦਾਂ ਹੀ ਲੰਘਦੇ ਲਾਗੂ ਕੋਈ ਗੱਲ ਸੁਣ ਜੇ ਆਪਾਂ ਖਲੋ ਜਾਈਦਾ ਹੈ ਨਾ ਅਤੇ ਕੁਛ ਨਾ ਕੁਛ ਪਤਾ ਲੱਗਦਾ ਰਹਿੰਦਾ ਵਾ ਕਿ 30 ਸਾਲ ਉਮਰ ਹੋ ਗਈ ਆ ਹੁਣ ਤੱਕ ਵੀ ਆਪਾਂ ਨੂੰ ਮੈਨੂੰ ਚੰਗੀ ਤਰ੍ਹਾਂ ਨਹੀਂ ਪਤਾ ਹੈ ਨਾ ਕਿ ਉੱਥੇ ਬੈਨਰ ਲੱਗੇ ਆ ਬੈਨਰਾਂ ਦੇ ਉੱਪਰ ਕਈ ਬੜੀਆਂ ਸੋਹਣੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਹੈ ਨਾ ਉਹ ਪੜ੍ਹ ਕੇ ਪਤਾ ਲੱਗਦਾ ਕਿ ਇੱਥੇ ਆਹ ਵੀ ਚੀਜ਼ ਹੋਈ ਹੈ ਨਾ ਅਤੇ ਜ਼ਰੂਰ ਜਾਇਓ ਮੇਰੇ ਭਰਾ ਜਿਹੜੇ ਮੇਰਾ ਵਲੌਗ ਵੇਖਦੇ ਆਪਣੇ ਪਰਿਵਾਰ ਨੂੰ ਲੈ ਕੇ ਹਜੇ ਸ਼ੁਰੂ ਹੋਇਆ ਵਾ ਆਪਣੇ ਦਿਹਾੜੇ ਆਪਣੇ ਦਿਨ ਸ਼ੁਰੂ ਹੋਏ ਹੈ ਨਾ ਅਤੇ 26, 27, 28 ਨੂੰ ਹੈਗਾ ਵਾ ਮਤਲਬ ਕਿ ਜਿਹੜਾ ਹੁੰਦਾ ਦਿਨ ਬਾਬਾ ਜੀ ਦਾ ਅਤੇ ਕੋਸ਼ਿਸ਼ ਕਰਿਓ ਮਤਲਬ ਕਿ ਜਦੋਂ ਤੁਹਾਡਾ ਟਾਈਮ ਲੱਗੇ ਟਾਈਮ ਕੱਢਣਾ ਹੁੰਦਾ ਟਾਈਮ ਤਾਂ ਲੱਗਦਾ ਨਹੀਂ ਸਾਰੀ ਉਮਰ ਨਹੀਂ ਲੱਗਦਾ ਬੰਦੇ ਦਾ ਹੈ ਨਾ ਗੁਰੂ ਘਰ ਨੂੰ ਤਾਂ ਵੈਸੇ ਵੀ ਟਾਈਮ ਆਪਣਾ ਘੱਟ ਹੀ ਲੱਗਦਾ ਹੈ ਨਾ ਮੈਨੂੰ ਅੱਗੇ ਕਈ ਵੀ ਭਰਾ ਕਹਿੰਦੇ ਬਾਈ ਹਫ਼ਤੇ 'ਚ ਇੱਕ ਦਿਨ ਜਾਂਦੇ ਹਾਂ ਜਿਹੜੇ ਮਾਲਕ ਨੇ ਆਪਾਂ ਨੂੰ ਭੇਜਿਆ ਉਹਦੇ ਕੋਲ ਆਪਾਂ ਸਿਰਫ ਹਫ਼ਤੇ 'ਚ ਇੱਕ ਦਿਨ ਜਾਂਦੇ ਹੈ ਨਾ ਬਾਕੀ ਸਾਰੇ ਕੰਮਾਂ ਵਾਲੇ ਟਾਈਮ ਆ ਮੁੱਕਦੀ ਗੱਲ ਪਤਾ ਕੀ ਆ ਸਿਰਫ ਪੈਸਾ ਕਮਾਉਣ ਦਾ ਟਾਈਮ ਆਪਣੇ ਕੋਲ ਸਿਰਫ ਪੈਸੇ ਲਈ ਹਾਂ ਵੀ ਪੈਸਾ ਕਿੱਦਾਂ ਕਮਾਇਆ ਜਾਣਾ ਉਸ ਚੀਜ਼ ਦੀ ਆਪਾਂ ਟਾਈਮ ਕੱਢਦੇ ਹਾਂ ਮੇਰੇ ਹਿਸਾਬ ਨਾਲ ਜਿਹਨੇ ਆਪਾਂ ਨੂੰ ਭੇਜਿਆ ਉਹਦਾ ਤਾਂ ਆਪਾਂ ਨੂੰ ਚੇਤਾ ਭੁੱਲਾ ਹੁੰਦਾ ਹੈ ਨਾ ਹਫ਼ਤੇ ਬਾਅਦ ਵੀ ਆਪਾਂ ਫੋਰਮੈਲਿਟੀ ਕਰਨਾ ਮੇਰੇ ਹਿਸਾਬ ਨਾਲ ਮੇਰੇ ਵਰਗੇ ਕਈ ਹੋਰ ਵੀ ਹੋਣੇ ਹੈ ਨਾ ਕਿ ਬਸ ਇੱਕ ਜਾ ਕੇ ਹੁਣ ਅੱਜ ਵੀ ਮੈਂ ਉੱਥੇ ਇੱਕ ਚੀਜ਼ ਵੇਖਣ ਡਿਆ ਸੀ ਕਿ ਮੈਂ ਸਿਰਫ ਉੱਥੇ ਤੱਕ ਫੋਨ ਖੜਦਾ ਵਾਂ ਜਿੱਥੇ ਤੱਕ ਅਲਾਊਡ ਹੈ ਨਾ ਗੇਟ ਤੋਂ ਜਦੋਂ ਅੰਦਰ ਐਂਟਰ ਕਰ ਗਏ ਹੈ ਨਾ ਅਸੀਂ ਥੀਏਟਰ ਅੰਦਰ ਜਦੋਂ ਗੇਟ ਤੋਂ ਅੰਦਰ ਐਂਟਰ ਕੀਤਾ ਤਾਂ ਮੈਂ ਉੱਥੇ ਫੋਨ ਆਪਣਾ ਫਲਾਈਟ ਮੋਡ 'ਤੇ ਲਾ ਕੇ ਜਾਂ ਸਾਈਲੈਂਟ ਕਰਕੇ ਮੈਂ ਜੇਬ 'ਚ ਪਾ ਲੈਂਦਾ ਹੁੰਦਾ ਹੈ ਨਾ ਅਤੇ ਉੱਥੇ ਜਦੋਂ ਠੰਡੇ ਬੁਰਜ ਤੋਂ ਅਸੀਂ ਪੌੜੀਆਂ ਠਾਂ ਉੱਤਰਦੇ ਜਿਹੜੇ ਭਰਾ ਗਏ ਆ ਉਹ ਪੌੜੀਆਂ ਹਜੇ ਉੱਤਰੇ ਨਹੀਂ ਉੱਥੇ ਵੀ ਨਾ ਕਈ ਮੁੰਡੇ ਉੱਥੇ ਸਟੋਰੀਆਂ ਪਾਉਣ ਡੇ ਅਤੇ ਗੱਲਾਂ ਇਹ ਕਰਨ ਡੇ ਸਟੋਰੀ ਨਹੀਂ ਪੈਣ ਦੀ ਰੇਂਜ ਨਹੀਂ ਆਉਣ ਦੀ ਕਿ ਉੱਥੇ ਤਾਂ ਬੰਦੇ ਨੂੰ ਗੁਰੂ ਮਹਾਰਾਜ ਦਾ ਪਾਠ ਕਰਨਾ ਚਾਹੀਦਾ ਸਤਨਾਮ ਗੁਰੂ ਕਹਿਣਾ ਚਾਹੀਦਾ ਅਤੇ ਉੱਥੇ ਵੀ ਆਹ ਹਾਲ ਬੜੀਆਂ ਅਸੀਂ ਵੀ ਗਲਤੀਆਂ ਕਰਦੇ ਹੋਵਾਂਗੇ ਪਰ ਮੈਂ ਇਹੋ ਜਿਹੀ ਮੂਰਖਤਾ ਵਾਲੀਆਂ ਗਲਤੀਆਂ ਨਹੀਂ ਕਰਦੀਆਂ ਜਿਹੜੀਆਂ ਜਾਣ ਬੁੱਝ ਕੇ ਕੀਤੀਆਂ ਜਾਂਦੀਆਂ ਹੈ ਨਾ ਫੋਨ 'ਤੇ ਆਪਾਂ ਬਾਹਰ ਆ ਕੇ ਚਲਾ ਲਾਂਗੇ ਹੈ ਨਾ ਅਤੇ ਉੱਥੇ ਤਾਂ ਹੀ ਆਪਣੀ ਮਨੋਕਾਮਨਾ ਨਹੀਂ ਪੂਰੀ ਹੁੰਦੀਆਂ ਮੇਰੇ ਹਿਸਾਬ ਨਾਲ ਕਿਉਂਕਿ ਆਪਾਂ ਉੱਥੇ ਵੀ ਫੋਨ ਤਾਂ ਖੜਾ ਹੀ ਨਹੀਂ ਛੱਡਦੇ ਫੋਨ ਆਪਾਂ ਨੂੰ ਫੋਨ ਨੇ ਇਹੋ ਜਿਹਾ ਜਕੜਿਆ ਹੋਇਆ ਨਾ ਮੱਗੇ ਇੱਕ ਦਿਨ ਇੱਕ ਵਲੌਗ 'ਚ ਗੱਲ ਕੀਤੀ ਸੀ ਕਿ ਇਹਨੇ ਆਪਾਂ ਨੂੰ ਜਕੜ ਲਿਆ ਵਾ ਇਹ ਆਪਣਾ ਖੇਡਾ ਨਹੀਂ ਛੱਡਦਾ ਅਤੇ ਇਹ ਖੇਡਾ ਕਿੱਦਾਂ ਆਪਾਂ ਛਡਾਉਣਾ ਆਪਾਂ ਨੂੰ ਪਤਾ ਮੈਂ ਵੀ ਥੋੜ੍ਹੇ ਦਿਨ ਪਹਿਲਾਂ ਮਹੀਨਾ ਜਦੋਂ ਪਿੰਡ ਦੀ ਗੱਲ ਆ ਅੱਧਾ ਅੱਧਾ ਪੌਣਾ ਘੰਟਾ ਫੋਨ 'ਤੇ ਉੱਦਾਂ ਕਦੀ ਰੀਲਾਂ ਵੇਖ ਲਾ ਕਦੀ ਸਨੈਪਚੈਟ ਖੁੱਲ੍ਹ ਕੇ ਉੱਦਾਂ ਹੀ ਕਦੀ ਸਕਰੋਲ ਕਰੀ ਜਾ ਤਾਂ ਉਹ ਟਾਈਮ ਵੇਸਟ ਕਰਦਾ ਸੀ ਮੈਂ ਆਪਣਾ ਪਰ ਮੈਂ ਹੁਣ ਚੰਡੀਗੜ੍ਹ ਆਇਆ ਵਾਂ ਭਾਵੇਂ ਮੈਂ ਬਿਮਾਰ ਕਰਕੇ ਜਾਂ ਕਿੱਦਾਂ ਵੀ ਮੈਂ ਇਸ ਚੀਜ਼ ਨੂੰ ਆਪਣੀ ਨੂੰ ਸੁਧਾਰਿਆ ਤੁਸੀਂ ਵੀ ਸੁਧਾਰੋ ਗੁਰੂ ਮਹਾਰਾਜ ਦੇ ਘਰ ਜਾਂਦੇ ਜੇ ਫੋਨ ਆਪਣਾ ਸਾਈਲੈਂਟ ਕਰਕੇ ਫੋਨ ਤੁਸੀਂ ਸਾਈਲੈਂਟ ਨਹੀਂ ਵੀ ਨਾ ਕਰਦੇ ਵਾਈਬ੍ਰੇਸ਼ਨ 'ਤੇ ਲਾਉਂਦੇ ਤੁਸੀਂ ਅਰਦਾਸ ਬੇਨਤੀ ਕਰਨ ਦੇ ਉੱਥੇ ਫੋਨ ਦੀ ਵਾਈਬ੍ਰੇਸ਼ਨ ਵੱਜ ਗਈ ਤੁਹਾਡੀ ਅਰਦਾਸ ਬੇਨਤੀ ਤੁਹਾਡਾ ਧਿਆਨ ਉਟਕ ਜਾਣਾ ਵਾ
ਬੜੀਆਂ ਚੀਜ਼ਾਂ ਹੁੰਦੀਆਂ ਵਾ, ਚੀਜ਼ਾਂ ਧਿਆਨ ਰੱਖਿਆ ਕਰੋ ਆਪਾਂ ਕਈ ਵਾਰ ਇੰਨਾ ਕੁ ਧਿਆਨ ਲੱਗੇ ਮਾਰੇ ਦਾ ਪਾਠ ਕਰਨਾ ਦੇ ਵਿੱਚੋਂ ਮੇਰੇ ਨਾਲ ਇੱਕ ਦੋ ਵਾਰ ਚੀਜ਼ ਇਹ ਹੋਈ ਹੈ ਨਾ, ਮੈਂ ਤਾਂ ਦੱਸਣ ਡਿਆ ਕਿ ਗੁਰੂ ਮਹਾਰਾਜ ਦੇ ਘਰ ਜਾਣਾ ਵਾ ਐਂ ਬਸ ਨੀਵੀਂ ਹੋ ਗਈ ਕਿ ਮਹਾਰਾਜ, ਕਿਉਂਕਿ ਸੋਚਣ ਵਾਲੀ ਗੱਲ ਹੈ ਜਾਣਾ ਮੇਰੀ ਇਹ ਬੰਦੇ ਦਾ, ਬੰਦੇ 'ਚ ਕੁਛ ਵੀ ਨਹੀਂ ਹੈਗਾ ਜੇ ਸਹੀ ਗੱਲ ਦੱਸਾਂ ਨਾ, ਕਿੰਨਾ ਮਨ ਘਰ ਕਈ ਲੋਕ ਕਰਦੇ ਜਾਣਾ ਐਂ ਕਰ ਦਾਂਗੇ ਜਿਉਂ ਕਰ ਦਾਂਗੇ, ਆਪਣੇ 'ਚ ਕੁਛ ਵੀ ਨਹੀਂ ਮਿੱਟੀ ਆਪਾਂ ਅਗਰ ਐਸਾ ਆਉਣਾ ਕਿ ਨਹੀਂ ਆਉਣਾ ਹੈ ਨਾ. ਹੁਣ ਮੇਰੇ ਆਪਣੇ ਲੀਵਰ ਦੇ ਵਿੱਚ ਉਦੋਂ ਦੀ ਗਰਮੀ ਪਈ ਆ, ਅਤੇ ਉਹ ਰੱਬ ਚਾਹੇ ਹੋਰ ਵੀ ਕੋਈ ਚੀਜ਼ ਦਾ ਨੁਕਸਾਨ ਕਰ ਸਕਦਾ ਹੈ ਨਾ, ਉਹਦੇ ਹੱਥ ਬਸ ਸਾਰਾ ਕੁਛ, ਅਤੇ ਆਪਾਂ ਉਹਨੂੰ ਹੀ ਭੁੱਲੀ ਬੈਠੇ ਹਾਂ ਹੈ ਨਾ. ਅਤੇ ਜਾਇਆ ਕਰੋ ਮੇਰੇ ਭਰਾ ਹੈ ਨਾ, ਜਿਹਨੇ ਆਪਾਂ ਨੂੰ ਸਭ ਕੁਛ ਦਿੱਤਾ. ਹੁਣ ਮੈਂ ਅੱਜ ਉੱਥੇ ਵੀ ਇੱਕ ਆਪਣੇ ਬਾਬਾ ਜੀ ਲਿਖਦੇ ਹੁੰਦੇ ਨਾ ਕਿ ਸਲੋਕ ਲਿਖਦੇ ਹੁੰਦੇ, ਉਹਦੇ ਵਿੱਚ ਵੀ ਅੱਜ ਤਿੰਨ ਚਾਰ ਜਗ੍ਹਾ 'ਤੇ ਉਹ ਚੀਜ਼ ਪੜ੍ਹੀ, ਅਤੇ ਹਰ ਇੱਕ ਚੀਜ਼ ਦੇ ਵੱਖੋ ਵੱਖਰੇ ਅਰਥ ਸੀ, ਅਤੇ ਉਹ ਆਪਣੀ ਜ਼ਿੰਦਗੀ ਦੀ ਜੇ ਆਪਾਂ ਉਹਨਾਂ ਨੂੰ ਅਪਣਾ ਲਾਂਗੇ ਨਾ, ਅਤੇ ਆਪਣੀ ਜ਼ਿੰਦਗੀ ਬੜੀ ਸੋਹਣੀ ਹੋ ਜਾਂਦੀ. ਮੈਨੂੰ ਕਈ ਵੀਰ ਪੁੱਛਦੇ ਹੁੰਦੇ ਆ ਹੈ ਨਾ ਕਿ ਬਾਈ ਤੂੰ ਕਥਾ ਕਿਹੜੇ ਬਾਬਾ ਜੀ ਦੀ ਸੁਣਦਾ ਵਾਂ, ਜਾਂ ਜ਼ਿੰਦਗੀ ਇੰਨਾ ਚੇਂਜ ਕਿੱਦਾਂ ਆ. ਜਾਣ ਮੇਰੀ ਉਹ ਬਾਣੀ ਪੜ੍ਹ ਪੜ੍ਹ ਕੇ ਆਇਆ ਹੈ ਨਾ. ਅਤੇ ਅੱਜ ਵੀ ਉੱਥੇ ਇੱਕ ਚੀਜ਼ ਵੇਖੀ, ਉੱਥੇ ਨਾ ਆਪਣੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੇ ਥੱਲੇ ਨੀਹਾਂ ਦੇ ਵਿੱਚ ਨੇ, ਉੱਥੇ ਸੋਨੇ ਦਾ ਗੇਟ ਕੋਈ ਚੜ੍ਹਾਇਆ ਗਿਆ, ਅਤੇ ਉਹ ਗੁਪਤਦਾਨ ਕੀਤਾ ਹੈ ਨਾ. ਕਿੰਨਾ ਬੰਦੇ ਦੇ ਮਨ ਨੂੰ ਸਕੂਨ ਮਿਲਦਾ ਹੈ ਨਾ. ਮੈਂ ਵੀ ਆਪਣੇ ਬਰਥਡੇ 'ਤੇ ਇੱਕ ਚੀਜ਼ ਕਰਨੀ ਹੈ, ਪਰ ਮੈਂ ਤੁਹਾਨੂੰ ਦੱਸ ਕੇ ਕਰੂੰਗਾ ਹੈ ਨਾ. ਉਹ ਚੀਜ਼ ਨਾਲ ਮੇਰੇ ਮਨ ਨੂੰ ਬੜਾ ਸਕੂਨ ਮਿਲਣਾ, ਜੇ ਹੋਰ ਕਿਸੇ ਨੇ ਵੀ ਕਰਨੀ ਤਾਂ ਉਹ ਚੀਜ਼ ਕਰਕੇ ਜ਼ਰੂਰ ਵੇਖਿਓ. ਮੈਂ ਇੱਕ ਚੀਜ਼ ਸੋਚੀ ਆ ਕੱਲ੍ਹ ਜਾਂ ਪਰਸੋਂ ਮੇਰੇ ਦਿਮਾਗ 'ਚ ਆਈ, ਉਹ ਵੀ ਰੱਬ ਹੀ ਕਰਾਉਣ ਲੱਗਾ ਹੈ ਨਾ, ਉੱਦਾਂ ਭਾਵੇਂ ਨਾ ਕਰਦਾ. ਅਤੇ ਉਹ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ. ਅਤੇ ਬਾਕੀ ਜਾਣ ਮੇਰੀ ਇਹ ਮਿਲਦੇ ਹਾਂ ਆਪਣੇ ਡੇਲੀ ਰੂਟੀਨ ਦੇ ਵਲੋਗ ਆ, ਆਪਾਂ ਜੋ ਰੂਟੀਨ 'ਚ ਕਰਦੇ ਹਾਂ ਆਪਾਂ ਤੁਹਾਨੂੰ ਦੱਸਤਾ. ਹੁਣ ਇਹ ਚੀਜ਼ ਕਿਵੇਂ ਚੰਗੀ ਲੱਗੇ ਮਾੜੀ ਲੱਗੇ ਆਪਾਂ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ, ਪਰ ਜਿਹੜੇ ਆਪਣੇ ਭਰਾ ਆਪਾਂ ਨੂੰ ਆਪਣੀਆਂ ਭੈਣਾਂ ਕਹਿੰਦੀਆਂ ਉਹ ਜ਼ਰੂਰ ਚਾਹੋ ਹੈ ਨਾ. ਅਤੇ ਬਾਕੀ ਮਿਲਦੇ ਹਾਂ ਮੇਰੀ ਜਾਣ ਕੱਲ੍ਹ ਨਵੇਂ ਵਲੋਗ ਦੇ ਨਾਲ. ਜੂੰਦੇ ਵੱਸਦੇ ਰਹੋ ਅਤੇ ਗੁਰੂ ਘਰ ਜਾਇਆ ਕਰੋ.